ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਜੀ ਦੇ ਦਾਸ ਗੁਰਦੀਪ ਸਿੰਘ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਕਤ ਮੈਂ ਕੁਝ ਗੱਲਾਂ ਦੁਹਰਾਈਆਂ ਸਨ, ਆਪਾਂ ਉਹਨਾਂ ਗੱਲਾਂ ਨੂੰ ਦੁਬਾਰਾ ਨਹੀਂ ਦੁਹਰਾਵਾਂਗੇ, ਆਪਾਂ ਸਿੱਧੇ ਸ਼ੁਰੂ ਕਰਦੇ ਹਾਂ ਜੀ। ਜਿਹੜੀ ਗੱਲ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਅੱਜ ਭਾਈ ਸੁਬੇਗ ਸਿੰਘ ਜੀ ਔਰ ਭਾਈ ਸ਼ਹਿਬਾਜ਼ ਸਿੰਘ ਸਾਹਿਬ ਜੀ ਦੀ ਪਾਵਨ ਸ਼ਹਾਦਤ ਬਾਰੇ ਆਪਾਂ ਗੱਲ ਕਰਾਂਗੇ। ਭਾਈ ਸੁਬੇਗ ਸਿੰਘ ਜੀ ਔਰ ਭਾਈ ਸ਼ਹਿਬਾਜ਼ ਸਿੰਘ ਜੀ, ਜਿਨ੍ਹਾਂ ਨੂੰ ਚਰਖੜੀਆਂ ਦੇ ਉੱਪਰ ਚਾੜਿਆ ਗਿਆ। ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਔਰ ਆਪਣੀ ਅਰਦਾਸ ਦੇ ਵਿੱਚ ਹਰ ਰੋਜ਼ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਉਹਨਾਂ ਦੀ, ਯਾਨੀ ਕਿ ਸਾਡੀ ਪੰਥ ਦੀ ਖਾਤਰ, ਕੌਮ ਦੀ ਖਾਤਰ ਸ਼ਹਾਦਤ ਪਾਈ। ਔਰ ਉਸ ਸ਼ਹਾਦਤ ਦੇ ਵਿੱਚ ਸ਼ਹਾਦਤ ਪਾਈ ਕਿਵੇਂ, ਇਸ ਦਾ ਵੀ ਜ਼ਿਕਰ ਹੁੰਦਾ ਹੈ, ਜਿਨ੍ਹਾਂ ਮਾਤਾਵਾਂ ਭੈਣਾਂ ਬੱਚੀਆਂ ਨੂੰ ਟੋਟੇ ਟੋਟੇ ਕਰਕੇ ਉਹਨਾਂ ਦੇ ਗਲਿਆਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਹਾਰ ਪਰੋਏ ਗਏ, ਯਾਨੀ ਕਿ ਇੱਕ ਅਟਲ ਸੱਚਾਈ ਹੈ, ਯਾਦ ਕੀਤਾ ਉਹਨਾਂ ਬੱਚੀਆਂ ਮਾਤਾਵਾਂ ਭੈਣਾਂ ਨੂੰ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਨੇਜ਼ਿਆਂ ਵਿੱਚ ਪਰੋਇਆ ਗਿਆ। ਚਰਖੜੀਆਂ ਤੇ ਚੜੇ, ਚਰਖੜੀਆਂ ਉੱਪਰ ਚੜਾਏ ਗਏ ਔਰ ਇਸ ਦੇ ਨਾਲ ਜਿਸ ਜਿਸ ਤਰੀਕੇ ਦੇ ਨਾਲ ਹੋਰ ਕਈ ਸ਼ਹਾਦਤਾਂ ਹੋਈਆਂ। ਚਰਖੜੀਆਂ ਤੇ ਚੜਾਏ ਜਾਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਪਾਂ ਅੱਜ ਦੇ ਇਤਿਹਾਸ ਦੇ ਨਾਲ ਇਹ ਗੱਲ ਜੋੜਦੇ ਹਾਂ, ਕਿਉਂਕਿ ਇਤਿਹਾਸ ਆਪਾਂ 18ਵੀਂ ਸਦੀ ਦਾ ਅੱਜ ਬਿਆਨ ਕਰਾਂਗੇ, 1745 ਈਸਵੀ ਤੋਂ। ਚਰਖੜੀਆਂ ਤੇ ਚੜਾਏ ਗਏ ਨੇ ਭਾਈ ਸੁਬੇਗ ਸਿੰਘ ਜੀ, ਚਰਖੜੀਆਂ ਤੇ ਚੜਾਏ ਗਏ ਨੇ ਭਾਈ ਸ਼ਹਿਬਾਜ਼ ਸਿੰਘ ਜੀ। ਸ਼ਹਿਬਾਜ਼ ਸਿੰਘ ਜੀ ਬੇਟੇ ਨੇ ਔਰ ਸੁਬੇਗ ਸਿੰਘ ਜੀ ਉਹਨਾਂ ਦੇ ਪਿਤਾ ਨੇ। ਦੋਨੋ ਹੀ ਗੁਰਸਿੱਖ ਨੇ ਔਰ ਦੋਨੋ ਹੀ ਸ਼ਿਕਾਰ ਹੋਏ ਨੇ ਜ਼ਾਬਰ ਮੁਗਲ ਉਸ ਵਕਤ ਦੀ ਸਤਾ ਦੇ ਅਧੀਨ, ਔਰ ਜ਼ੁਲਮ ਦਾ ਸ਼ਿਕਾਰ ਹੁੰਦਿਆਂ ਹੋਇਆਂ ਚਰਖੜੀਆਂ ਤੇ ਚੜ੍ਹਨਾ ਮਨਜ਼ੂਰ ਹੈ ਲੇਕਿਨ ਧਰਮ ਨਹੀਂ ਬਦਲਣਾ। ਇੱਥੇ ਇੱਕ ਗੱਲ ਮੈਂ ਆਪ ਜੀ ਨੂੰ ਹੋਰ ਸਪਸ਼ਟ ਕਰ ਦਿਆਂ ਕਿ ਜਿਵੇਂ ਆਪਾਂ ਆਪਣੇ ਬੋਲਿਆਂ ਦੇ ਵਿੱਚ ਅਕਸਰ ਕਹਿੰਦੇ ਹਾਂ ਆਰਾ ਪਿਆਰਾ ਲਗਤ ਹੈ, ਜਾਂ ਫਿਰ ਐਸੀਆਂ ਹੋਰ ਗੱਲਾਂ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਉਸ ਵਕਤ ਦੇ ਟਾਰਚਰ ਦੀਆਂ, ਉਸ ਵਕਤ ਦੇ ਤਸ਼ੱਦਤ ਦੀਆਂ ਗੱਲਾਂ ਦਾ ਜ਼ਿਕਰ ਹੁੰਦਾ, ਲੇਕਿਨ ਹੁਣ ਆਰਾ ਚਲਾਇਆ ਜਾ ਰਿਹਾ ਜਿਸ ਉੱਪਰ, ਇਹ ਉਸ ਦੀ ਹੀ ਜ਼ੁਬਾਨ ਤੋਂ ਇੱਕ ਕਾਲਪਨਿਕ ਬਿਆਨ ਹੈ ਕਿ ਆਰਾ ਪਿਆਰਾ ਲਗਤ ਹੈ। ਕਿਉਂ ਕਿਉਂ ਪਿਆਰਾ ਲੱਗ ਰਿਹਾ ਆਰਾ? ਕਿਉਂਕਿ ਇਸ ਦੇ ਨਾਲ ਮੇਰੀ ਸ਼ਹਾਦਤ ਹੋਣ ਜਾ ਰਹੀ ਹੈ ਔਰ ਸ਼ਹਾਦਤ ਤੋਂ ਬਾਅਦ ਮਿਲਣ ਹੈ ਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ, ਪਰਮਾਤਮਾ ਦੇ ਨਾਲ। ਇੱਥੇ ਸ਼ਹਿਬਾਜ਼ ਸਿੰਘ ਜੀ ਨੇ ਵੀ ਇੱਕ ਗੱਲ ਕਹੀ ਹੈ ਔਰ ਉਹਨਾਂ ਨੇ ਚਰਖੜੀਆਂ ਨੂੰ ਵੀ ਧੰਨ ਕਿਹਾ ਹੈ, ਔਰ ਵਕਤ ਦੇ ਹਾਕਮ ਜ਼ਕਰੀਆ ਖਾਨ ਦਾ ਜਿਹੜਾ ਫੈਸਲਾ ਹੈ ਉਸਦੇ ਨਿਆਂ ਨੂੰ ਵੀ ਧੰਨ ਕਿਹਾ ਹੈ। ਕਿਉਂਕਿ ਜੇ ਇੱਥੇ ਮੈਂ ਇੱਕ ਗੱਲ ਕਹਿ ਲਵਾਂ ਤਾਂ ਗਲਤ ਨਹੀਂ ਕਿ ਸ਼ਹੀਦ ਦੇ ਲਈ ਸ਼ਹਾਦਤ ਵੀ ਇੱਕ ਚਾਉ ਦਾ ਸਬਬ ਹੈ, ਇਹ ਸਾਡੀ ਕੌਮ ਦੀ ਪਰੰਪਰਾ ਹੈ, ਇਹ ਸਾਡੀ ਕੌਮ ਦੀ ਇੱਕ ਪਿਰਤ ਹੈ। ਭਾਈ ਸੁਬੇਗ ਸਿੰਘ ਜੀ ਪਿੰਡ ਜੰਬਰ ਦੇ ਰਹਿਣ ਵਾਲੇ ਨੇ, ਜੰਬਰ ਪਿੰਡ ਲਾਹੌਰ ਦੇ ਲਾਗੇ ਛਾਂਗਾ ਮਾਂਗਾ ਦੇ ਇੱਕ ਜਗ੍ਹਾ ਹੈ, ਛਾਂਗਾ ਮਾਂਗਾ ਦੇ ਜੰਗਲ ਅੱਜ ਵੀ ਲਾਹੌਰ ਦੇ ਲਾਗੇ ਮਸ਼ਹੂਰ ਨੇ, ਉੱਥੇ ਜੰਬਰ ਨਾਮ ਦਾ ਇੱਕ ਇਲਾਕਾ ਹੈ ਜਿੱਥੋਂ ਦੇ ਜੰਪਲ ਨੇ, ਜਿੱਥੋਂ ਦੇ ਵਸਨੀਕ ਨੇ ਭਾਈ ਸੁਬੇਗ ਸਿੰਘ ਜੀ। ਔਰ ਜਿਸ ਵਕਤ ਭਾਈ ਸੁਬੇਗ ਸਿੰਘ ਜੀ ਜੰਬਰ ਉਹਨਾਂ ਦੀ ਸ਼ਹਾਦਤ ਹੋਈ ਤਾਂ ਇੱਕ ਗੱਲ ਹੋਰ ਪ੍ਰਚਲਿਤ ਹੋ ਗਈ, ਹੇਠਾਂ ਧਰਤੀ ਉੱਪਰ ਅੰਬਰ, ਅੰਬਰ ਆਪਾਂ ਆਸਮਾਨ ਨੂੰ ਕਹਿੰਦੇ ਹਾਂ, ਵਿੱਚ ਬੋਲੇ ਸੁਬੇਗ ਸਿੰਘ ਜੰਬਰ ਕਿ ਹੇਠਾਂ ਧਰਤੀ ਹੈ ਉੱਪਰ ਅੰਬਰ ਹੈ, ਵਿਚਕਾਰ ਕੌਣ ਬੋਲ ਰਿਹਾ? ਸੁਬੇਗ ਸਿੰਘ ਜੰਬਰ, ਲੇਕਿਨ ਬੋਲ ਕੀ ਰਿਹਾ ਸੁਬੇਗ ਸਿੰਘ ਜੰਬਰ? ਸੱਚ ਦੀ ਗੱਲ ਕਹਿ ਰਿਹਾ, ਸੱਚਾਈ ਦੀ ਗੱਲ ਬਿਆਨ ਕਰ ਰਹੇ ਹੈ। ਤਾਂ ਸੱਚ ਜਿਸ ਵਕਤ ਬਿਆਨ ਕੀਤਾ ਜਾਂਦਾ ਹੈ ਉਸ ਵਕਤ ਵਕਤ ਦੀਆਂ ਹਾਕਮਾਂ ਜਾਂ ਵਕਤ ਦੀਆਂ, ਖਿਮਾ ਕਰਨੀ, ਹਾਕਮ ਜਮਾਇਤਾਂ, ਵਕਤ ਦੇ ਹਾਕਮ ਲੋਕ ਜ਼ਾਹਿਰ ਤੌਰ ਉੱਪਰ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਹੀ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਨੇ, ਕਿਉਂਕਿ ਸੱਚ ਦੀ ਆਵਾਜ਼ ਦਬਾਈ ਜਾਣੀ ਇਹ ਵਕਤ ਦੀ ਉਹਨਾਂ ਹਾਕਮਾਂ ਦੇ ਲਈ ਹਮੇਸ਼ਾ ਹੀ ਲੋੜ ਮਹਿਸੂਸ ਹੁੰਦੀ ਰਹੀ, ਕਿਉਂਕਿ ਉਹਨਾਂ ਹਾਕਮਾਂ ਦਾ ਕੰਮ ਕੇਵਲ ਜ਼ੁਲਮ ਕਰਨਾ ਸੀ ਔਰ ਜ਼ੁਲਮ ਵੀ ਝੂਠ ਦੀ ਬਣਾ ਦਿੱਤੇ। ਇਸ ਕਰਕੇ ਜੋ ਵੀ ਸੱਚ ਦੀ ਆਵਾਜ਼ ਬੁਲੰਦ ਕਰੇਗਾ ਉਸ ਨੂੰ ਸ਼ਹਾਦਤ ਦੇਣੀ ਹੀ ਹੋਏਗੀ, ਇਹ ਇੱਕ ਸਾਡੀ ਪਰੰਪਰਾ ਹੈ। ਔਰ ਇਹੀ ਕਾਰਨ ਹੈ ਕਿ ਉਸ ਵਕਤ ਇੱਕ ਗੱਲ ਪ੍ਰਚਲਿਤ ਹੋ ਗਈ ਜੋ ਪੰਥ ਪ੍ਰਕਾਸ਼ ਦੇ ਵਿੱਚ ਲਿਖੀ ਗਈ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ, ਕਿ ਧਨ ਖਾਤਰ ਤਨ ਮਨ ਧਨ ਲਾਵੋ, ਧਨ ਖਾਤਰ ਤਨ ਮਨ ਧਨ ਲਾਵੋ, ਨਾ ਪੁੱਤਰ ਪੋਤਰ ਕੋ ਹੇਤ ਰਖਾਵੋ।
सिख दी ए परंपरा सी कि सिख अपने पुत्र दे हित या अपने पोतरे दे हित अपने धर्म नू वेचेगा नहीं। हुण आप इस गल तो अंदाजा लगा लेना कि शाहबाज सिंह नू अपने बाप तो पहला चरखड़ियां ते चढ़ाया गया है एक बाप दे सामने उसके बेटे नू। मंजर उही है। और जे आप गल करिए कि ਇਹ ਕਿੰਨਾ ਕੁ ਮੁਸ਼ਕਲ ਹੋ ਸਕਦਾ ਹੈ ਕੰਮ ਉਸਦੇ ਬਾਪ ਦੇ ਸਾਹਮਣੇ ਉਸਦੇ ਬੇਟੇ ਨੂੰ ਸ਼ਹੀਦ ਕਰਨਾ। ਲੇਕਿਨ ਇਹ ਪਰੰਪਰਾ ਚਲੀ ਕਿਸ ਤੋਂ? ਇਹ ਪਰੰਪਰਾ ਚਲੀ ਉਸ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ, ਜਿਨ੍ਹਾਂ ਨੇ ਆਪਣੇ ਸਾਹਮਣੇ ਆਪਣੇ ਪੁੱਤਰਾਂ ਨੂੰ ਭੇਜਿਆ ਸ਼ਹੀਦ ਹੋਣ ਦੇ ਲਈ। ਬਾਪ ਦੇ ਸਾਹਮਣੇ ਉਸਦੇ ਬੇਟੇ ਲੜ ਰਹੇ ਨੇ ਔਰ ਸ਼ਹੀਦ ਹੋ ਰਹੇ ਨੇ, ਮੌਤ ਨੂੰ ਪ੍ਰਾਪਤ ਹੋ ਰਹੇ ਨੇ। ਔਰ ਪੁੱਤਰਾਂ ਦੀ ਮੌਤ ਜਿਹੜੀ ਕਿ ਸ਼ਹਾਦਤ ਹੈ ਉਸਦੇ ਉੱਪਰ ਬਾਪ ਜਕਾਰਾ ਛੱਡ ਰਿਹਾ ਔਰ ਖੁਸ਼ ਹੋ ਰਿਹਾ ਔਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਇਹ ਅਰਦਾਸ ਹੋ ਰਹੀ ਹੈ ਕਿ ਜਿਹੜਾ ਕਰਜ਼ ਅਗਰ ਸੀ ਤਾਂ ਮੈਂ ਉਤਾਰ ਦਿੱਤਾ, ਭਾਵ ਜਿਸ ਕਾਰਜ ਲਈ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ ਸੀ ਮੈਂ ਉਸ ਕਾਰਜ ਦੇ ਅਗਲੇ ਵੱਧਦੇ ਕਦਮ ਦੇ ਵਿੱਚ ਆਹ ਮੈਂ ਕੰਮ ਕਰ ਦਿੱਤਾ। ਕਿਉਂਕਿ ਕਾਰਜ ਕੀ ਸੀ? ਕਾਰਜ ਧਰਮ ਦਾ ਪ੍ਰਚਾਰ ਸੀ। ਕਾਰਜ ਕੀ ਸੀ? ਯਾਹੀ ਕਾਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਦੁਸ਼ਟਾਂ ਨੂੰ ਮੂਲ ਤੋਂ ਮੁੱਢੋਂ ਹੀ ਖਤਮ ਕਰਨਾ ਸੀ। ਇਸ ਕਰਕੇ ਦੁਸ਼ਟਾਂ ਨੂੰ ਖਤਮ ਕਰਨ ਦੇ ਲਈ ਅਗਰ ਪੁੱਤਰਾਂ ਨੂੰ ਵਾਰਨਾ ਪਿਆ, ਸਿੱਖਰਾਂ ਨੂੰ ਵਾਰਨਾ ਪਿਆ, ਤਾਂ ਸਤਿਗੁਰਾਂ ਨੇ ਗੁਰੇਜ਼ ਨਹੀਂ ਕੀਤਾ, ਕਿਉਂਕਿ ਧਰਮ ਦੇ ਕਾਰਜ ਦੇ ਵਿੱਚ ਐਸਾ ਕਰਨਾ ਹੀ ਪੈਂਦਾ ਹੈ। ਔਰ ਜਿਸ ਵਕਤ ਸ਼ਾਬਾਸ਼ ਸਿੰਘ ਸਾਹਿਬ ਜੀ ਲਾਹੌਰ ਦੇ ਇੱਕ ਕਾਜ਼ੀ ਦੇ ਕੋਲ ਪੜਿਆ ਕਰਦੇ ਸਨ, ਉਸੇ ਵਕਤ ਤੋਂ ਲਾਹੌਰ ਦੇ ਕਾਜ਼ੀ ਦੀ ਇਹ ਨੀਅਤ ਸੀ ਕਿ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਸਲਾਮ ਦੇ ਵਿੱਚ ਲਿਆਵਾਂ। ਦੂਸਰੇ ਪਾਸੇ ਸੁਬੇਗ ਸਿੰਘ ਜੀ ਉਸ ਵਕਤ ਦੇ ਸਰਕਾਰ ਦੇ ਠੇਕੇਦਾਰ ਵੀ ਸਨ, ਦਰਬਾਰੇ ਸਰਕਾਰ ਦੇ ਵਿੱਚ ਉਹਨਾਂ ਦਾ ਸਨਮਾਨ ਵੀ ਸੀ ਪੂਰਾ, ਸਰਕਾਰੀ ਨੌਕਰੀ ਵੀ ਉਹ ਕਰਦੇ ਸਨ, ਇੱਕ ਮੁਕਾਮ ਐਸਾ ਵੀ ਆਇਆ ਜਦੋਂ ਉਹਨਾਂ ਨੂੰ ਕੋਤਵਾਲ ਵੀ ਬਣਾਇਆ ਗਿਆ। ਲੇਕਿਨ ਐਸਾ ਰੋਸ਼ਨ ਦਿਮਾਗ ਇਸਲਾਮ ਦੇ ਵਿੱਚ ਆ ਜਾਵੇ, ਇਹ ਗੱਲ ਸੁਬੇਗ ਸਿੰਘ ਜੀ ਬਾਰੇ ਵੀ ਸੋਚੀ ਗਈ। ਔਰ ਐਸਾ ਖੂਬਸੂਰਤ ਬੱਚਾ ਸ਼ਾਬਾਸ਼ ਸਿੰਘ ਇਸਲਾਮ ਦੇ ਵਿੱਚ ਆ ਜਾਵੇ, ਐਸਾ ਉਸ ਵਕਤ ਦੇ ਮੌਲਵੀ ਨੇ ਵੀ ਸੋਚਿਆ। ਲੇਕਿਨ ਧਰਮ ਤਬਦੀਲੀ ਸ਼ਹੀਦ ਦੀ ਪਰੰਪਰਾ ਦੇ ਵਿੱਚ ਸ਼ਾਮਿਲ ਨਹੀਂ ਹੈ। ਹਾਂ, ਹੋ ਸਕਦਾ ਹੈ, ਕਿਉਂਕਿ ਉਸ ਵਕਤ, ਕਿਉਂਕਿ ਇੱਥੇ ਮੈਂ ਆਪ ਨੂੰ ਇੱਕ ਘਟਨਾ ਹੋਰ ਵੀ ਦੱਸਦਿਆਂ ਕਿ ਜਿਸ ਵਕਤ ਪਹਿਲੀ ਵਾਰੀ ਚਰਖੜੀਆਂ 'ਤੇ ਚੜ੍ਹਾਇਆ ਗਿਆ ਨਾ ਸੁਬੇਗ ਸਿੰਘ ਜੀ ਨੂੰ ਔਰ ਸ਼ਾਬਾਸ਼ ਸਿੰਘ ਜੀ ਨੂੰ, ਤਾਂ ਚੱਖੜੀਆਂ ਤੋਂ ਪਹਿਲੀ ਵਾਰੀ ਚੜ੍ਹਾਉਣ ਤੋਂ ਬਾਅਦ ਉਤਾਰ ਵੀ ਲਿਆ ਗਿਆ, ਯਾਨੀ ਕਿ ਉਸ ਵਕਤ ਤੱਕ ਉਹ ਕੇਵਲ ਬੇਹੋਸ਼ ਹੋਏ ਸਨ, ਅਜੇ ਸਵਾਸ ਬਾਕੀ ਸਨ, ਅਜੇ ਸ਼ਹਾਦਤ ਨਹੀਂ ਸੀ ਹੋਈ। ਉਹਨਾਂ ਨੂੰ ਹੋਸ਼ ਦੇ ਵਿੱਚ ਲਿਆਂਦਾ ਗਿਆ ਔਰ ਹੋਸ਼ ਦੇ ਵਿੱਚ ਲਿਜਾਏ ਜਾਣ ਤੋਂ ਬਾਅਦ ਕੁਝ ਉਹ ਲੋਕ ਉਹਨਾਂ ਨੂੰ ਮਿਲਵਾਏ ਗਏ ਜਿਹੜੇ ਲੋਕ ਪਹਿਲਾਂ ਹੀ ਇਸਲਾਮ ਕਬੂਲ ਕਰ ਚੁੱਕੇ ਸਨ ਦੂਸਰੇ ਧਰਮਾਂ ਦੇ ਵਿੱਚੋਂ, ਚਾਹੇ ਉਹ ਸੋ ਕਾਲਡ ਹਿੰਦੂ ਧਰਮ ਸੀ ਜਾਂ ਕੋਈ ਹੋਰ, ਉਸ ਧਰਮ ਨੂੰ ਉਹ ਛੱਡ ਕੇ ਇਸਲਾਮ ਦੇ ਵਿੱਚ ਆ ਚੁੱਕੇ ਸਨ, ਤਾਂ ਕਿ ਉਹਨਾਂ ਨੂੰ ਦੱਸ ਸਕਣ ਕਿ ਸਾਨੂੰ ਕਿੰਨੀਆਂ ਸਹੂਲਤਾਂ ਮਿਲੀਆਂ ਨੇ। ਔਰ ਖਿਮਾ ਕਰਨੀ, ਅੱਜ ਵੀ ਜਿਹੜਾ ਮਨੁੱਖ ਹੈ, ਅਜੋਕਾ ਮਨੁੱਖ ਵੀ ਜਿਹੜਾ ਹੈ ਨਾ, ਉਹ ਸਹੂਲਤਾਂ ਪਿੱਛੇ ਹੀ ਆਪਣਾ ਧਰਮ ਤਬਦੀਲ ਕਰ ਲੈਂਦਾ। ਸਹੂਲਤਾਂ ਦੇ ਪਿੱਛੇ ਆਪਣਾ ਧਰਮ ਤਬਦੀਲ ਕਰ ਲੈਣ ਵਾਲਾ ਮਨੁੱਖ ਅਣਖੀ ਪੱਖੋਂ, ਗੌਰਵ ਪੱਖੋਂ, ਗੈਰਤ ਪੱਖੋਂ ਕਿੰਨਾ ਕੁ ਮਜ਼ਬੂਤ ਹੋਏਗਾ, ਇਸ ਗੱਲ ਦਾ ਅੰਦਾਜ਼ਾ ਲੱਗਦਾ। ਕਿਉਂਕਿ ਸੰਸਾਰ ਦੇ ਵਿੱਚ ਦੁੱਖ ਹੈ, ਭੁੱਖ ਹੈ, ਰੋਗ ਹੈ, ਸੋਗ ਹੈ, ਇਹ ਤਾਂ ਚੱਲਣਾ ਹੀ ਹੈ। ਗਰੀਬੀ ਹੈ, ਅਮੀਰੀ ਹੈ, ਵੀ ਪਰਮਾਤਮਾ ਦਾ ਹੁਕਮ ਹੈ ਔਰ ਕੁਝ ਚੰਦ ਪੈਸੇ ਦੇ ਦਿੱਤੇ ਔਰ ਖਿਮਾ ਕਰਨੀ, ਜਿਨ੍ਹਾਂ ਨੇ ਚੰਦ ਪੈਸੇ ਲੈ ਕੇ ਆਪਣੇ ਧਰਮ ਤਬਦੀਲ ਕਰ ਲਏ ਕਿ ਉਹ ਅਮੀਰ ਬਣ ਗਏ। ਜਾਂ ਫਿਰ ਐਸਾ ਵੀ ਕਿਹਾ ਗਿਆ ਕਿ ਜੇ ਧਰਮ ਤਬਦੀਲ ਕਰ ਲਓਗੇ ਤਾਂ ਜ਼ਿੰਦਗੀ ਬਖਸ਼ ਦਿਆਂਗੇ, ਪਰ ਅੱਗੇ ਚੱਲ ਕੇ ਮੈਂ ਜ਼ਿਕਰ ਕਰਾਂਗਾ ਕਿ ਜ਼ਿੰਦਗੀ ਬਖਸ਼ਣ ਦਾ ਜਿਨ੍ਹਾਂ ਲੋਕਾਂ ਨੇ ਕਿਹਾ ਉਹਨਾਂ ਨੂੰ ਸ਼ਹੀਦ ਹੋਣ ਵਾਲਿਆਂ ਨੇ ਜਵਾਬ ਦਿੱਤਾ ਕਿ ਜ਼ਿੰਦਗੀ ਬਖਸ਼ਣ ਵਾਲੇ ਤੁਸੀਂ ਕੌਣ ਹੋ, ਔਰ ਜੇ ਅੱਜ ਅਸੀਂ ਮੌਤ ਤੋਂ ਬਚ ਵੀ ਗਏ ਤਾਂ ਕੀ ਕੱਲ ਨੂੰ ਇਹ ਮੌਤ ਸਾਨੂੰ ਘੇਰੇਗੀ ਨਹੀਂ? ਕਿ ਕੱਲ ਨੂੰ ਜਿਹੜੀ ਮੌਤ ਹਰ ਕਿਸੇ ਨੂੰ ਆਣੀ ਹੀ ਆਣੀ ਹੈ, ਕਿਸੇ ਨੇ ਸੰਸਾਰ ਦੇ ਵਿੱਚ ਬਚਣਾ ਨਹੀਂ ਹੈ, ਤਾਂ ਕੱਲ ਨੂੰ ਕੀ ਇਸ ਮੌਤ ਤੋਂ ਤੁਸੀਂ ਬਚਾ ਲਵੋਗੇ? ਚਲੋ ਤੁਹਾਡਾ ਧਰਮ ਅਸੀਂ ਮੰਨ ਲੈਂਦੇ ਹਾਂ, ਤਬਦੀਲ ਕਰ ਲੈਂਦੇ ਹਾਂ, ਤੁਹਾਡੇ ਧਰਮ 'ਚ ਆ ਜਾਂਦੇ ਹਾਂ। ਅੱਜ ਤੁਸੀਂ ਕਹਿੰਦੇ ਹੋ ਜ਼ਿੰਦਗੀ ਬਖਸ਼ੀ ਜਾਏਗੀ, ਅੱਜ ਅਸੀਂ ਆਪਣੀ ਮੌਤ ਤੋਂ ਜ਼ਿੰਦਗੀ ਬਚਾ ਲੈਂਦੇ ਹਾਂ, ਪਰ ਕੱਲ ਮੌਤ ਦੇ ਇਸ ਕਾਲ ਨੇ ਸਭ ਨੂੰ ਗ੍ਰਸਣਾ ਹੀ ਗ੍ਰਸਣਾ ਹੈ, ਕਿਉਂਕਿ ਇਹੋ ਹੀ ਕਰਮ ਚੱਕਰ ਹੈ ਔਰ ਇਹੋ ਹੀ ਵਿਧੀ ਦਾ ਵਿਧਾਨ ਹੈ, ਇਹੋ ਹੀ ਪਰਮਾਤਮਾ ਦਾ ਹੁਕਮ ਹੈ, ਜੋ ਉਪਜੋ ਸੋ ਬਿਨਸ ਹੈ। ਪਰ ਉਹ ਅੱਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ। ਔਰ ਇਸੇ ਕਰਕੇ ਸਿੱਖ ਕਰਮ ਦੇ ਵਿੱਚ ਇੱਕ ਵਾਰੀ ਦੀ ਗੱਲ ਕੀਤੀ ਗਈ, ਵਾਰੀ ਆਪੋ ਆਪਣੀ, ਆਪੋ ਆਪਣੀ ਵਾਰੀ, ਹਰ ਕਿਸੇ ਦੀ ਵਾਰੀ ਆਉਣੀ ਹੀ ਆਉਣੀ ਹੈ। ਇੱਕ ਰਾਜਾ ਸੀ
ਔਰ ਉਸ ਰਾਜੇ ਨੂੰ ਜਿਸ ਵਕਤ ਰੱਬ ਦਾ ਗਿਆਨ ਹੋਇਆ ਤਾਂ ਮੋਹ ਛੱਡ ਦਿੱਤਾ, ਮੋਹ ਤਿਆਗ ਦਿੱਤਾ, ਮਾਇਆ ਤਿਆਗ ਦਿੱਤੀ, ਮਮਤਾ ਤਿਆਗ ਦਿੱਤੀ, ਸਭ ਕੁਛ ਤਿਆਗ ਦਿੱਤਾ, ਇੱਥੋਂ ਤੱਕ ਕਿ ਰਾਜਪਾਠ ਵੀ ਛੱਡ ਦਿੱਤਾ, ਫਕੀਰ ਹੋ ਗਿਆ। ਹੁਣ ਕਿਉਂਕਿ ਜਿਹੜਾ ਮਨੁੱਖ ਮਾਇਆ ਤਿਆਗ ਕੇ ਫਕੀਰ ਹੋਏਗਾ ਨਾ, ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਨਾ ਜਦੋਂ ਸਤਿਗੁਰੂ ਜੀ ਬਾਬਾ ਰਵਿਦਾਸ ਜੀ ਦੀ ਗੱਲ ਕਰਦੇ ਨੇ, ਰਵਿਦਾਸ ਢਮਤਾ ਢੋਰ ਨਿਤ ਤਿੰਨ ਤਿਆਗੀ ਮਾਇਆ, ਮਾਇਆ ਦਾ ਤਿਆਗ। ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤਿਆਗ ਦੀ ਵਿਧੀ ਕੀ ਹੈ, ਕਹੇ ਨਾਨਕ ਗੁਰ ਪ੍ਰਸਾਦੀ ਜਿਹਨਾਂ ਲਿਵ ਲੱਗ ਗਈ ਤਿੰਨ ਵਿੱਚ ਮਾਇਆ ਪਾਇਆ। ਅਸਲ ਦੇ ਵਿੱਚ ਅਕਾਲ ਪੁਰਖ ਦੇ ਨਾਲ ਜਿਹਨਾਂ ਦੀ ਲਿਵ ਲੱਗ ਗਈ ਹੈ ਉਹ ਰਹਿੰਦੇ ਮਾਇਆ ਦੇ ਸੰਸਾਰ ਵਿੱਚ ਹੀ ਨੇ, ਲੇਕਿਨ ਮਾਇਆ ਦੇ ਵਿੱਚ ਰਹਿੰਦੇ ਹੋਏ ਪਾਉਂਦੇ ਨੇ ਪਰਮਾਤਮਾ ਨੂੰ, ਕਿਉਂਕਿ ਮਾਇਆ ਦਾ ਪ੍ਰਭਾਵ ਉਹਨਾਂ ਉੱਪਰ ਨਹੀਂ ਹੁੰਦਾ, ਮਾਇਆ ਦਾ ਅਸਰ ਨਹੀਂ ਹੁੰਦਾ ਉਹਨਾਂ ਉੱਪਰ। ਤੇ ਜਿਸ ਉੱਪਰ ਮਾਇਆ ਦਾ ਅਸਰ ਹੁੰਦਾ, ਕਿਉਂਕਿ ਮਾਇਆ ਸੰਸਾਰ ਦਾ ਮੋਹ ਹੈ, ਮਾਇਆ ਕਰੰਸੀ ਨਹੀਂ ਹੈ, ਤੇ ਜਿਸ ਉੱਪਰ ਮਾਇਆ ਦਾ ਅਸਰ ਹੁੰਦਾ ਉਸਦੇ ਬਾਬਤ ਸਤਿਗੁਰ ਕਹਿੰਦੇ ਨੇ ਸਹਿਸ ਖਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਪਤੀ ਨਹੀਂ ਆਉਂਦੀ ਜਿੰਨੀ ਮਰਜ਼ੀ ਮਾਇਆ ਕਮਾਈ ਜਾਵੇ। ਜਿਹੜੀ ਤ੍ਰਿਪਤੀ ਹੈ ਮਨੁੱਖ ਨੂੰ ਜਿਸ ਵਕਤ ਆ ਜਾਵੇ, ਜਿਸ ਵਕਤ ਸੰਤੋਖ ਆ ਜਾਵੇ, ਜਿਸ ਵਕਤ ਸਬਰ ਆ ਜਾਵੇ, ਜੇ ਬਾਬਾ ਕਬੀਰ ਜੀ ਕਹਿੰਦੇ ਨੇ ਗੌ ਧਨ ਗਜ ਧਨ ਹਾਥੀ ਧਨ ਸਭ ਧਨ ਹੈ ਮਹਾਨ, ਪਰ ਜਬ ਆਵੇ ਸੰਤੋਖ ਧਨ ਸਭ ਧਨ ਧੂਲ ਸਮਾਨ। ਜਦੋਂ ਸੰਤੋਖ ਦਾ ਧਨ ਆ ਗਿਆ ਨਾ, ਮੁੰਦਾ ਸੰਤੋਖ ਸਰਮ ਪਤ ਜੋਲੀ, ਕਿਉਂਕਿ ਸਤਿਗੁਰਾਂ ਨੇ ਸਾਨੂੰ ਗੱਲ ਹੀ ਪਹਿਲਾਂ ਸੰਤੋਖ ਦੀ ਸਮਝਾਈ ਹੈ। ਮਨ ਨੂੰ ਜਿਸ ਵਕਤ ਸੰਤੋਖ ਆ ਗਿਆ ਤਾਂ ਸਾਰੇ ਹੀ ਜਿਹੜੇ ਧਨ ਨੇ ਨਾ ਧੂੜ ਦੇ ਬਰਾਬਰ ਹੋ ਜਾਂਦੇ ਨੇ। ਤੋ ਬਾਹਰ ਆ ਕੇ ਉਹ ਬੈਠ ਗਿਆ ਔਰ ਉਸ ਪਾਸੋਂ ਲੋਕ ਜਿਹੜੇ ਸਨ, ਰਾਹਗੀਰ ਜਿਹੜੇ ਸਨ, ਰਸਤਾ ਪੁੱਛਦੇ ਸਨ ਕਿ ਸਾਨੂੰ ਬਸਤੀ ਦਾ ਰਸਤਾ ਦੱਸ, ਤਾਂ ਉਹ ਕੀ ਕਹਿੰਦਾ ਸੀ, ਅੱਗੇ ਚਲੇ ਜਾਓ, ਅੱਗੇ ਜਾ ਕੇ ਖੱਬੇ ਮੁੜ ਜਾਣਾ, ਖੱਬੇ ਜਾ ਕੇ ਬਸਤੀ ਆ ਜਾਏਗੀ। ਲੇਕਿਨ ਜਦੋਂ ਲੋਕ ਖੱਬੇ ਮੁੜਦੇ ਸਨ ਤਾਂ ਖੱਬੇ ਜਾ ਕੇ ਸ਼ਮਸ਼ਾਨ ਘਾਟ ਆ ਜਾਂਦੀ ਸੀ। ਲੋਕ ਕਹਿਣ ਲੱਗੇ ਕਿ ਇਹ ਚੰਗਾ ਫਕੀਰ ਹੈ, ਚੰਗੀ ਇਸਨੇ ਮੋਹ ਮਾਇਆ ਮਮਤਾ ਤਿਆਗੀ ਹੈ, ਤਜੀ ਹੈ, ਇਹ ਤਾਂ ਬਜਾਏ ਇਸ ਗੱਲ ਦੇ ਕਿ ਲੋਕਾਂ ਨੂੰ ਰਾਹੇ ਪਾਏ, ਲੋਕਾਂ ਨੂੰ ਇਹ ਗੁੰਮਰਾਹ ਕਰਨ ਲੱਗ ਪਿਆ, ਇਹ ਤਾਂ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਇੱਕ ਦੁਨਿਆਵੀ ਰਾਹ ਨਹੀਂ ਦੱਸ ਸਕਦਾ ਉਹ ਰੱਬੀ ਰਾਹ ਕੀ ਦੱਸੇਗਾ। ਆਖਿਰ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਪੰਚਾਂ ਦੇ ਪਾਸ ਔਰ ਉਸ ਨੂੰ ਬੁਲਾ ਲਿਆ ਗਿਆ ਕਿ ਫਕੀਰ ਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਰਾਹਗੀਰ ਜਦੋਂ ਤੁਹਾਨੂੰ ਰਸਤਾ ਪੁੱਛਦੇ ਨੇ ਬਸਤੀ ਦਾ, ਤੁਸੀਂ ਉਹਨਾਂ ਨੂੰ ਖੱਬੇ ਪਾਸੇ ਮੋੜ ਦਿੰਦੇ ਹੋ। ਤੁਹਾਨੂੰ ਪਤਾ ਕਿ ਖੱਬੇ ਪਾਸੇ ਜਾ ਕੇ ਤਾਂ ਸ਼ਮਸ਼ਾਨ ਆ ਜਾਂਦੀ ਹੈ, ਜਦਕਿ ਬਸਤੀ ਤਾਂ ਸੱਜੇ ਪਾਸੇ ਹੈ। ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਦੰਡ ਦੇ ਭਾਗੀਦਾਰ ਹੋਵੋਗੇ। ਔਰ ਇਹਨਾਂ ਲੋਕਾਂ ਦਾ ਪ੍ਰਸ਼ਨ ਇਹ ਹੈ ਕਿ ਜਿਹੜਾ ਦੁਨਿਆਵੀ ਰਸਤਾ ਹੀ ਗਲਤ ਦੱਸ ਰਿਹਾ, ਉਹ ਰੱਬੀ ਰਸਤਾ ਕੀ ਸਹੀ ਦੱਸੇਗਾ? ਫਕੀਰ ਕਹਿਣ ਲੱਗਾ ਕਿ ਰੱਬੀ ਰਸਤਾ ਤਾਂ ਮੈਂ ਬਿਲਕੁਲ ਸਹੀ ਦੱਸਿਆ, ਇਹ ਫਰਕ ਹੈ ਤੁਹਾਡੀ ਸੋਚ ਦੇ ਵਿੱਚ ਕਿ ਤੁਸੀਂ ਕਿੰਨਾ ਕੁ ਆਪਣੀ ਸੋਚ ਨੂੰ ਡਿਵੈਲਪ ਕਰ ਸਕੇ ਹੋ, ਕਿੰਨਾ ਕੁ ਸੋਚ ਸਕੇ ਹੋ। ਕਹਿਣ ਲੱਗੇ, ਰੱਬੀ ਰਸਤਾ ਜਾਂ ਪਿੰਡ ਦਾ ਰਸਤਾ ਸਹੀ ਕਿਵੇਂ ਦੱਸਿਆ, ਬਸਤੀ ਦਾ ਰਸਤਾ ਸਹੀ ਕਿਵੇਂ ਦੱਸਿਆ? ਤੂੰ ਖੱਬੇ ਪਾਸੇ ਜਾਣ ਲਈ ਕਿਹਾ। ਕਹਿੰਦਾ ਹਾਂ, ਖੱਬੇ ਪਾਸੇ ਜਾਣ ਲਈ ਕਿਹਾ। ਕਹਿੰਦਾ ਖੱਬੇ ਪਾਸੇ ਜਾ ਕੇ ਤਾਂ ਤੈਨੂੰ ਵੀ ਪਤਾ ਕਿ ਸ਼ਮਸ਼ਾਨ ਆ ਜਾਂਦੀ ਹੈ। ਕਹਿੰਦਾ ਉਹ ਸ਼ਮਸ਼ਾਨ ਨਹੀਂ, ਉਹ ਬਸਤੀ ਹੈ, ਤੁਸੀਂ ਉਸ ਦਾ ਨਾਮ ਸ਼ਮਸ਼ਾਨ ਰੱਖਿਆ। ਔਰ ਜਿਸ ਜਗ੍ਹਾ ਦਾ ਨਾਮ ਤੁਸੀਂ ਬਸਤੀ ਰੱਖਿਆ, ਜਿਸ ਨੂੰ ਤੁਸੀਂ ਬਸਤੀ ਕਹਿੰਦੇ ਹੋ, ਉਹ ਬਸਤੀ ਨਹੀਂ ਹੈ, ਉਹ ਸ਼ਮਸ਼ਾਨ ਹੈ, ਕਿਉਂਕਿ ਉਸ ਜਗ੍ਹਾ ਉੱਪਰ ਹਰ ਕਿਸੇ ਨੇ ਇੱਕ ਦਿਨ ਉਜੜਨਾ ਹੀ ਉਜੜਨਾ ਹੈ। ਬਸਤੀ ਦਾ ਮਤਲਬ ਹੈ ਬਸ ਜਾਣਾ, ਜਿੱਥੋਂ ਹਰ ਕਿਸੇ ਨੇ ਮੌਤ ਨੂੰ ਪ੍ਰਾਪਤ ਹੋਣਾ, ਜਿੱਥੋਂ ਹਰ ਕਿਸੇ ਨੇ ਮੌਤ ਦੀ ਕਾਲਗ੍ਰਸਤ ਵਿੱਚ ਪੈਣਾ, ਉਸ ਦਾ ਨਾਮ ਤੁਸੀਂ ਬਸਤੀ ਰੱਖਿਆ ਹੋਇਆ। ਔਰ ਜਿੱਥੇ ਜਾ ਕੇ ਹਰ ਕਿਸੇ ਨੇ ਬਸਣਾ ਹੈ ਆਖਿਰ ਦੇ ਵਿੱਚ, ਔਰ ਉੱਥੋਂ ਬਸੇ ਹੋਏ ਨੇ, ਕਿਸੇ ਨੇ ਉਜੜਨਾ ਨਹੀਂ, ਉਸ ਦਾ ਨਾਮ ਤੁਸੀਂ ਸ਼ਮਸ਼ਾਨ ਰੱਖਿਆ। ਗਲਤ ਤਾਂ ਤੁਸੀਂ ਹੋ, ਜਾਓ ਜਾ ਕੇ ਨਾਮ ਬਦਲ ਦਿਓ, ਬਸਤੀ ਦਾ ਨਾਮ ਸ਼ਮਸ਼ਾਨ ਰੱਖ ਦਿਓ ਔਰ ਸ਼ਮਸ਼ਾਨ ਦਾ ਨਾਮ ਬਸਤੀ ਰੱਖ ਦਿਓ। ਮੈਂ ਰਸਤਾ ਠੀਕ ਹੀ ਦੱਸ ਰਿਹਾ। ਤਾਂ ਰੱਬੀ ਰਸਤੇ ਉੱਪਰ ਜਿਹੜੇ ਚੱਲਦੇ ਨੇ, ਰੱਬੀ ਮਾਰਗ ਉੱਪਰ ਜਿਹੜੇ ਚੱਲਦੇ ਨੇ, ਜ਼ਾਹਿਰ ਤੌਰ ਉੱਪਰ ਉਹਨਾਂ ਨੂੰ ਰੱਬ ਦਾ ਰਸਤਾ ਔਰ ਰੱਬ ਦੇ ਰਸਤੇ ਦਾ ਗਿਆਨ ਹੀ ਤਾਂ ਹੁੰਦਾ ਜਿੰਨੀ ਦੇਰ ਤੱਕ ਉਹ ਮੌਤ ਨੂੰ ਸਮਝਦੇ ਨਹੀਂ। ਜਿਵੇਂ ਬਾਬਾ ਕਬੀਰ ਜੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ, ਪਹਿਲਾ ਤਜੇ ਸਰੀਰ, ਪਹਿਲਾਂ ਸਰੀਰ ਦੇ ਤਜੇ ਜਾਣ ਦੀ ਗੱਲ ਹੈ, ਭਾਵ ਪਹਿਲਾਂ ਆਪਣੇ ਆਪ ਨੂੰ ਉਸ ਮੁਕਾਮ ਤੱਕ ਲੈ ਜਾਣਾ, ਉਸ ਮੁਕਾਮ ਤੱਕ ਲਿਜਾ ਕੇ ਫਿਰ ਸੋਚਣਾ ਕਿ ਆਖਰ ਦੇ ਵਿੱਚ ਕੀ ਹੈ, ਆਖਰ ਦੇ ਵਿੱਚ ਜਾਂ ਮਿਲਣ ਹੈ ਜਾਂ ਭਟਕਣਾ ਹੈ, ਦੋ ਗੱਲਾਂ ਨੇ। ਮਿਲਣ ਦਾ ਮਤਲਬ ਹੈ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਣਾ, ਜਿਹਨੂੰ ਆਪਾਂ ਸੋਲਵੇਸ਼ਨ ਕਹਿੰਦੇ ਹਾਂ। ਭਟਕਣ ਦਾ ਮਤਲਬ ਹੈ ਜੋਨੀਆਂ ਦੇ ਵਿੱਚ ਭਟਕਣਾ, ਜੋਨੀਆਂ ਦੇ ਵਿੱਚ ਭਾਵਣਾ। ਬਾਬਾ ਕਬੀਰ ਜੀ ਨੇ ਇੱਕ ਗੱਲ ਕਹੀ ਹੈ, ਬਾਬਾ ਕਬੀਰ ਕਹਿੰਦੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਜਿਸ ਮਰਨੇ ਤੇ ਜਗ ਡਰੇ, ਜਿਸ ਮਰਨ ਤੋਂ ਜਗ ਡਰਦਾ ਹੈ ਮੇਰੇ ਮਨ ਆਨੰਦ ਹੈ। ਕਿਉਂ ਆਨੰਦ ਹੈ? ਕਿਉਂਕਿ ਮੈਂ ਪੂਰਨ ਪਰਮਾਨੰਦ ਦੀ ਅਵਸਥਾ ਦੇ ਵਿੱਚ ਪਹੁੰਚ ਰਿਹਾ, ਮਿਲਣ ਦੀ ਅਵਸਥਾ ਦੇ ਵਿੱਚ, ਕਿਉਂਕਿ ਖਿਮਾ ਕਰਨੀ
नामदेव जी स्पष्ट कहते ने मुए हुए मुक्त जो देगा तो तेरी मुक्त न जाने कोयला। मनुख मौत तो बाद नहीं मुक्त हुंदा, मौत तो पहला मुक्त हुंदा है और जीवन काल दे विच ही मुक्त होया जा सकता है, अन्यथा मुक्ति नहीं है। मृतक मरण तो बाद कोई बेशक जिन्ना मर्जी उस दे लई किमा करनी पाठ साहब रखवा लवे या उहदे श्राद्ध करवा लवे या उहदा कुछ भी। मैं इत्थे इहदा मतलब लैणा कि मैं पाठ दा श्राद्ध दे नाल मिलाप करण मिलणे नहीं, ਭਾਵ ਜਿੰਨੀਆਂ ਮਰਜ਼ੀ ਉਸ ਤੋਂ ਬਾਅਦ ਕੋਈ ਕਿਰਿਆਵਾਂ ਕਰ ਲਵੇ, ਕੋਈ ਪਾਣੀ ਦੇ ਕੇ ਸਮਝੇ ਸੂਰਜ ਨੂੰ ਇਹ ਪਰਮਾਤਮਾ ਵੱਲ ਪਹੁੰਚ, ਉਸ ਮਰੇ ਹੋਏ ਪ੍ਰਾਣੀ ਵੱਲ ਪਹੁੰਚ ਜਾਏ, ਕੋਈ ਕੁਛ ਵੀ ਕਰ ਲਵੇ। ਮਨੁੱਖ ਨੇ ਜੋ ਪ੍ਰਾਪਤੀ ਕਰਨੀ ਹੈ ਉਹ ਆਪਣੇ ਜਿਉਂਦਿਆਂ ਜੀ ਕਰਨੀ ਹੈ, ਇਸ ਕਰਕੇ ਸਤਿਗੁਰ ਨੇ ਸਪਸ਼ਟ ਕਰ ਦਿੱਤਾ ਮ੍ਰਿਤਕ ਕੋ ਜੋ ਚੰਦਨ ਚੜਾਵੇ ਉਸ ਤੇ ਉਹ ਕਹੋ ਕਵਨ ਗਤ ਪਾਵੇ। ਮਰੇ ਹੋਏ ਲੋਕਾਂ ਨੂੰ ਚੰਦਨ ਲੋਕ ਚੜਾ ਦਿੰਦੇ ਸਨ। ਕਈ ਲੋਕ ਅੱਜ ਦੀ ਵੀ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਨੇ, ਇਤਿਹਾਸਿਕ ਧਰਮ ਵਾਲੇ, ਕਿ ਚੰਦਨ ਦੀਆਂ ਲੱਕੜਾਂ ਦੇ ਵਿੱਚ ਅਗਰ ਮ੍ਰਿਤਕ ਪ੍ਰਾਣੀ ਨੂੰ ਜਲਾਇਆ ਜਾਏਗਾ, ਸਾੜਿਆ ਜਾਏਗਾ ਤਾਂ ਉਹ ਸਵਰਗ ਨੂੰ ਜਾਏਗਾ। ਬਾਬਾ ਨਾਮਦੇਵ ਜੀ ਨੇ ਇਸਦਾ ਵੀ ਫੈਸਲਾ ਕਰ ਦਿੱਤਾ, ਜਿੱਥੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਉਹ ਲੈ ਜਾ ਰਹੇ ਉਹ ਲੈ ਗਾਡੇ ਤੇਰੀ ਗੱਤ ਦੋਹੀ ਨਾ ਪਾਈ। ਇੱਕ ਨੇ ਜਲਾ ਦਿੱਤਾ ਔਰ ਸਮਝਿਆ ਕਿ ਜਲਾਣ ਕਰਕੇ ਗਤੀ ਹੋਏਗੀ, ਇੱਕ ਨੇ ਦਫਨਾ ਦਿੱਤਾ ਔਰ ਉਹਨਾਂ ਨੇ ਸਮਝਿਆ ਕਿ ਜੇ ਦਫਨਾਇਆ ਨਾ ਗਿਆ ਤਾਂ ਗਤੀ ਨਹੀਂ ਹੋਏਗੀ, ਜੇ ਦਫਨਾਇਆ ਗਿਆ ਗਤੀ ਤਾਂ ਹੀ ਹੋਏਗੀ। ਉਹ ਲੈ ਜਾ ਰਹੇ ਉਹ ਲੈ ਗਾਡੇ, ਜਾ ਰਹੇ ਦਾ ਮਤਲਬ ਜਲਾ ਦਿੱਤਾ, ਗਾਡੇ ਦਾ ਮਤਲਬ ਗੜ ਦਿੱਤਾ, ਦਫਨਾ ਦਿੱਤਾ, ਪਰ ਤੇਰੀ ਗੱਤ ਦੋਹੋਂ ਨਾ ਪਾਈ, ਤੇਰਾ ਪੇਟ ਦੋਨੋਂ ਨਹੀਂ ਪਾ ਸਕੇ। ਇਸ ਕਰਕੇ ਜਿਹੜਾ ਪ੍ਰਾਣੀ ਤੇ ਚਲੇ ਜਾਣ ਤੋਂ ਬਾਅਦ ਆਪਾਂ ਪਾਠ ਸਾਹਿਬ ਰਖਵਾ ਰਹੇ ਹਾਂ, ਆਪਣੀ ਮਨ ਦੀ ਸ਼ਾਂਤੀ ਵਾਸਤੇ ਰਖਵਾ ਰਹੇ ਹਾਂ ਕਿ ਪਰਮਾਤਮਾ ਸਾਨੂੰ ਵੀ ਮਤ ਦੇ ਤਾਂ ਕਿ ਅਸੀਂ ਵੀ ਸੋਚ ਸਕੀਏ ਕਿ ਅਸਾਂ ਵੀ ਉੱਥੇ ਜਾਣਾ। ਰਾਜੇ ਰਾਏ ਰੰਕ ਨਾ ਰਹਿਣਾ ਆਏ ਜਾਏ ਜੁਗ ਚਾਰ, ਰਹਿਣ ਕਹਿਣ ਤੇ ਰਹੇ ਨਾ ਕੋਈ ਕਿਸ ਪੇ ਕਰੂੰ ਬੇਨਤੀ, ਏਕ ਨਾਮ ਰਾਮ ਨਾਮ ਨਿਰੋਧਰ ਗੁਰ ਦੇਵੇ ਪਤ ਮਤੀ। ਗੁਰੂ ਪਤ ਦੇਵੇ ਔਰ ਮਤੀ ਦੇਵੇ, ਮਤ ਦੇਵੇ ਇਸ ਗੱਲ ਨੂੰ ਸਮਝਣ ਦੀ, ਜਿੰਨੀ ਦੇਰ ਤੱਕ ਇਹ ਗੱਲ ਸਮਝ ਨਹੀਂ ਲੱਗੇਗੀ ਉਨੀ ਦੇਰ ਤੱਕ ਆਪਾਂ ਕਰਮ ਕਰਨ ਦੇ ਵਿੱਚ ਹੀ ਪਏ ਰਵਾਂਗੇ। ਮਨੁੱਖ ਨੂੰ ਜੇ ਇਹ ਗੱਲ ਸਮਝ ਲੱਗ ਗਈ ਤਾਂ ਬਾਬਾ ਕਬੀਰ ਕਹਿੰਦੇ ਨੇ ਫਿਰ ਉਹ ਜੱਗ ਤੋਂ ਬਾਹਰ ਹੈ, ਕਿਉਂਕਿ ਜੱਗ ਤਾਂ ਮੌਤ ਤੋਂ ਡਰਦਾ ਹੈ ਪਰ ਮੇਰੇ ਮਨ ਆਨੰਦ ਹੈ। ਇਹ ਗੱਲ ਮੈਂ ਇਸ ਕਰਕੇ ਕਹੀ ਕਿਉਂਕਿ ਸਾਹਿਬਾਜ ਸਿੰਘ ਜੀ ਨੂੰ ਕਿਹਾ ਗਿਆ ਕਿ ਜ਼ਿੰਦਗੀ ਜਾਂ ਮੌਤ ਚੁਣ ਲਓ। ਸੁਭੇਖ ਸਿੰਘ ਜੀ ਨੂੰ ਵੀ ਕਿਹਾ ਗਿਆ ਕਿ ਜ਼ਿੰਦਗੀ ਜਾਂ ਮੌਤ ਚੁਣ ਲਓ। ਹੁਣ ਇੱਥੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਕੀ ਲਿਖਿਆ ਕਿ ਚਰਖੜੀ ਨੂੰ ਦੇਖਣ ਤੋਂ ਬਾਅਦ ਸੁਭੇਖ ਸਿੰਘ ਜੀ ਨੇ ਉਸ ਚਰਖੜੀ ਨੂੰ ਧੰਨ ਕਿਹਾ। ਧੰਨ ਘੜੀ ਧੰਨ ਚਰਖੜੀ, ਉਹ ਘੜੀ ਵੀ ਧੰਨ ਹੈ ਜਿਸ ਘੜੀ ਮੈਂ ਚਰਖੜੀ ਉੱਪਰ ਚੜਨ ਲੱਗਾ, ਕਿਉਂਕਿ ਸ਼ਹਾਦਤ ਹੋਣ ਜਾ ਰਹੀ ਹੈ ਔਰ ਸ਼ਹਾਦਤ ਮੌਤ ਤੋਂ ਬਾਅਦ ਹੈ ਔਰ ਇਸ ਸ਼ਹਾਦਤ ਨੂੰ ਧੰਨ ਕਿਹਾ ਹੈ ਗੁਰਸਿੱਖਾਂ ਨੇ, ਕਿਉਂਕਿ ਸ਼ਹਾਦਤ ਦਾ ਸਬਬ ਚਰਖੜੀ ਹੈ, ਉਹਨਾਂ ਨੂੰ ਚਰਖੜੀ ਉੱਪਰ ਚੜਾਇਆ ਜਾਣ ਲੱਗਾ ਔਰ ਜਿਹੜੀ ਘੜੀ ਚੜਾਉਣ ਜਿਸ ਘੜੀ ਚੜਾਉਣਾ ਚਰਖੜੀ ਉੱਪਰ ਉਸ ਘੜੀ ਨੂੰ ਵੀ ਧੰਨ ਕਿਹਾ। ਧੰਨ ਘੜੀ ਧੰਨ ਚਰਖੜੀ, ਧੰਨ ਨਿਆਓ ਤੁਮਾਰਾ, ਤੇਰਾ ਨਿਆਓ ਵੀ ਸਾਨੂੰ ਪ੍ਰਵਾਨ ਹੈ, ਕਿਉਂਕਿ ਹੋ ਸਕਦਾ ਹੈ ਕਿ ਤੂੰ ਨਿਆਓ ਕੀਤਾ ਹੋਵੇ ਆਪਣੇ ਵੱਲੋਂ ਤਾਂ ਤੂੰ ਨਿਆਏ ਕੀਤਾ ਕਿ ਇਹਨਾਂ ਨੂੰ ਚਰਖੜੀ ਤੇ ਚੜਾ ਦਿਓ, ਪਰ ਤੇਰਾ ਕੀਤਾ ਹੋਇਆ ਨਿਆਂ ਅਨਿਆ ਹੈ ਜਾਂ ਨਿਆਂ, ਅਸੀਂ ਇਸ ਚੱਕਰ ਕਰਮ ਦੇ ਵਿੱਚ ਨਹੀਂ ਪੈਣਾ, ਪਰ ਸਾਨੂੰ ਇੰਨਾ ਪਤਾ ਕਿ ਤੇਰੇ ਨਿਆਂ ਦੇ ਪਿੱਛੇ ਸਾਡੀ ਸ਼ਹਾਦਤ ਹੈ ਔਰ ਪਰਮਾਤਮਾ ਨੇ ਸਾਡੇ ਪਾਸੋਂ ਸ਼ਹਾਦਤ ਕਰਵਾਉਣੀ ਹੈ, ਇਸ ਕਰਕੇ ਤੇਰੇ ਪਾਸੋਂ ਇਹ ਹੁਣ ਤੂੰ ਇਸ ਨੂੰ ਗੁਨਾਹ ਕਹਿ ਜਾਂ ਜੋ ਮਰਜ਼ੀ ਸੋਚ, ਕਿਉਂਕਿ ਜਿਹੜਾ ਕਰਮ ਤੂੰ ਕਰ ਰਿਹਾ ਤੇਰਾ ਕਰਮ ਤੈਨੂੰ ਮੁਬਾਰਕ, ਸਾਡਾ ਕਰਮ ਸਾਨੂੰ ਮੁਬਾਰਕ, ਅਸੀਂ ਸ਼ਹਾਦਤ ਲਈ ਤਿਆਰ ਹਾਂ। ਇਸ ਕਰਕੇ ਧੰਨ ਘੜੀ ਧੰਨ ਚਰਖੜੀ, ਧੰਨ ਨਿਆਓ ਤੁਮਹਾਰਾ, ਤੇਰਾ ਨਿਆਓ ਵੀ ਸਾਨੂੰ ਪ੍ਰਵਾਨ ਹੈ, ਧੰਨ ਹੈ। ਧਰਮ ਹੇਤ ਹਮ ਚੜ੍ਹੇ ਚ ਰੱਖੜੀ, ਧੰਨ ਵਜੂਦ ਹਮਾਰਾ, ਹਮ ਤੋ ਗੁਰ ਕੇ ਸਿਰ ਹਮ ਤੋ ਗੁਰ ਕੇ ਸਿੱਖ ਸਦਾਵੇਂ, ਗੁਰ ਕੋ ਚੇਤ ਹਮ ਪ੍ਰਾਣ ਤਿਆਗਾਵੇਂ। ਅਸੀਂ ਤੇ ਗੁਰੂ ਦੇ ਸਿੱਖ ਹਾਂ, ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡੇ ਕੋਲ ਸਾਡੇ ਗੁਰੂ ਨੇ ਸਾਨੂੰ ਇੱਕ ਭਾਵਨਾ ਦਿੱਤੀ ਹੈ, ਜਿਸ ਭਾਵਨਾ ਨੂੰ ਅਸੀਂ ਵਿਸ਼ਵਾਸ ਕਹਿੰਦੇ ਹਾਂ, ਜਿਸ ਭਾਵਨਾ ਨੂੰ ਅਸੀਂ ਭਰੋਸਾ ਕਹਿੰਦੇ ਹਾਂ। ਜਿਸ ਪ੍ਰਾਣੀ ਦੇ ਕੋਲ ਗੁਰੂ ਉੱਪਰ ਭਰੋਸਾ ਹੀ ਨਹੀਂ ਹੈ ਨਾ, ਗੁਰੂ ਉੱਪਰ ਵਿਸ਼ਵਾਸ ਹੀ ਨਹੀਂ ਹੈ, ਉਹ ਪ੍ਰਾਣੀ ਫਿਰ ਸਿੱਖੀ ਦੇ ਉਸ ਮਾਰਗ ਉੱਪਰ ਚੱਲ ਹੀ ਨਹੀਂ ਸਕਦਾ ਜਿਸ ਮਾਰਗ ਉੱਪਰ ਮਨੁੱਖ ਦੀ ਅੰਤਰ ਆਤਮਾ, ਯਾਨੀ ਕਿ ਇਹ ਧਰਮ ਦਾ ਉਹ ਮਾਰਗ ਹੈ ਜਿਸ ਮਾਰਗ ਉੱਪਰ ਮਨੁੱਖ ਨੇ ਅੰਤਰ ਆਤਮਾ ਦੇ ਧਿਆਨ ਦੇ ਨਾਲ ਸੰਸਾਰਕ ਰਸਤੇ ਉੱਪਰ ਚੱਲਦਿਆਂ ਹੋਇਆਂ ਉਹ ਕਰਮ ਕਰਨੇ ਨੇ, ਜਿਹੜੇ ਕਰਮ ਧਰਮ ਦੀ, ਕਿਉਂਕਿ ਇੱਥੇ ਗੱਲ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਹੋਰ ਸਪਸ਼ਟ ਕਰਦਿਆਂ ਹੋਏ ਕਿ ਦੁਨੀਆਂ ਦੇ ਬਾਕੀ ਦੇ ਸਾਰੇ ਧਰਮ ਬਾਹਰੋਂ ਸ਼ੁਰੂ ਹੁੰਦੇ ਨੇ, ਕੇਵਲ ਇੱਕ ਸਿੱਖ ਧਰਮ ਐਸਾ ਹੈ ਜਿਹੜਾ ਅੰਦਰੋਂ ਸ਼ੁਰੂ ਹੁੰਦਾ ਹੈ। ਆਪ ਕਹੋਗੇ ਇਸਦਾ ਮਤਲਬ ਕੀ ਹੈ? ਧਰਮ ਬਾਹਰੋਂ ਸ਼ੁਰੂ ਹੁੰਦੇ ਨੇ, ਭਾਵ ਲੋਕ ਮਿੱਥਦੇ ਨੇ ਕਿ ਫਲਾਣੇ ਦਿਨ ਫਲਾਣੀ ਜਗ੍ਹਾ ਉੱਪਰ ਜਾਵਾਂਗੇ, ਉੱਥੇ ਜਾ ਕੇ ਇਸ਼ਨਾਨ ਕਰਾਂਗੇ ਔਰ ਉਹ ਤੀਰਥ ਹੋ ਜਾਏਗਾ। ਦਿਨ ਮਿੱਥਿਆ ਗਿਆ,
ਬਾਹਰ ਗਏ, ਬਾਹਰ ਜਾ ਕੇ ਬਾਹਰਲਾ ਇਸ਼ਨਾਨ ਕੀਤਾ, ਗਏ ਉਹ ਬਾਹਰ ਇਸ਼ਨਾਨ ਕਰਨ ਵਾਸਤੇ, ਔਰ ਬਾਹਰ ਜਾ ਕੇ ਇਸ਼ਨਾਨ ਵੀ ਕਿਹੜਾ ਕੀਤਾ, ਬਾਹਰਲਾ ਇਸ਼ਨਾਨ ਭਾਵ ਸਰੀਰ ਦਾ ਇਸ਼ਨਾਨ, ਔਰ ਹੋਇਆ ਕਿ ਇਸ ਨੂੰ ਉਹਨਾਂ ਨੇ ਤੀਰਥ ਆਖਿਆ, ਬਾਹਰੋਂ ਸ਼ੁਰੂ ਹੋਇਆ। ਇੱਕ ਦਿਨ ਮਿਥਲੇ ਜਿਸ ਜਗ੍ਹਾ ਉੱਪਰ ਇਸ਼ਨਾਨ ਕਰਨ ਦੇ ਲਈ ਗਏ, ਉਸ ਜਗ੍ਹਾ ਉੱਪਰ ਜਿਹੜੇ ਮੰਗਤੇ ਬੈਠੇ ਹੋਏ ਸਨ ਉਹਨਾਂ ਨੂੰ ਦਾਨ ਕੀਤਾ, ਇਹ ਵੀ ਬਾਹਰਲਾ ਦਾਨ ਕੀਤਾ, ਔਰ ਸਮਝ ਲਿਆ ਕਿ ਸ਼ਾਇਦ ਦਾਨ ਹੋ ਗਿਆ। ਇਸ ਤਰ੍ਹਾਂ ਹੀ ਅਨੇਕਾਂ ਹੀ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ, ਲੇਕਿਨ ਸਿੱਖ ਅੰਦਰੋਂ ਖੋਜਦਾ ਹੈ। ਔਰ ਸਤਿਗੁਰੂ ਇੱਕ ਪ੍ਰਸ਼ਨ ਕਰਦੇ ਨੇ, ਬਾਬਾ ਕਬੀਰ ਜੀ ਨੇ ਵੀ ਇਹ ਪ੍ਰਸ਼ਨ ਜਗਾਇਆ। ਬਾਬਾ ਕਬੀਰ ਕਹਿੰਦੇ ਨੇ, ਕਾਇਆ ਮਾਂਜਸ ਕੌਣ ਗੁਨਾਹ ਜੋ ਘਟ ਪੀਤਰ ਹੈ ਮਲਣਾ। ਔਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਨ ਕੀ ਮੈਲ ਨਾ ਤਨ ਤੇ ਜਾਤ, ਤੂੰ ਤਨ ਦਾ ਇਸ਼ਨਾਨ ਕਰਵਾ ਰਿਹਾ, ਤੂੰ ਤਨ ਨੂੰ ਭੁੱਖਾ ਰੱਖ ਕੇ ਵਰਤ ਕਰ ਰਿਹਾ, ਤੂੰ ਤਨ ਰਾਹੀਂ ਦਾਨ ਕਰ ਰਿਹਾ, ਤੂੰ ਸਾਰੇ ਕਰਮ ਤਨ ਰਾਹੀਂ ਕਰ ਰਿਹਾ, ਲੇਕਿਨ ਮਨ ਦੀ ਅਵਸਥਾ ਨੂੰ ਸਮਝੇ ਬਿਨਾ, ਕਿਉਂਕਿ ਮਨ ਮੈਲਾ ਹੈ। ਤਾਂ ਗੁਰਸਿੱਖ ਕੀ ਕਰਦਾ, ਗੁਰਸਿੱਖ ਆਪਣੇ ਅੰਦਰ ਝਾਤੀ ਮਾਰਦਾ, ਪਹਿਲਾਂ ਮਨ ਸਾਫ਼ ਕਰਦਾ। ਜਿਵੇਂ ਕਿਸੇ ਭਾਂਡੇ ਦੇ ਵਿੱਚ ਕੋਈ ਸ਼ੁੱਧ ਚੀਜ਼ ਪਾਣੀ ਹੋਵੇ ਤਾਂ ਪਹਿਲਾਂ ਭਾਂਡੇ ਨੂੰ ਸਾਫ਼ ਕੀਤਾ ਜਾਂਦਾ, ਜੇ ਉਹ ਭਾਂਡਾ ਜੂਠਾ ਹੈ ਨਾ ਤਾਂ ਸੁੱਚੀ ਚੀਜ਼ ਪਾਏ ਜਾਣ ਤੋਂ ਬਾਅਦ ਉਹ ਚੀਜ਼ ਵੀ ਜੂਠੀ ਹੋ ਜਾਏਗੀ, ਕਿਉਂਕਿ ਭਾਂਡਾ ਜੂਠਾ ਹੈ। ਤੇ ਸਤਿਗੁਰ ਨੇ ਸਪਸ਼ਟ ਕਿਹਾ, ਭਾਂਡਾ ਹੱਛਾ ਸੋਈ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਵ ਸੀ, ਗੁਰਦੁਆਰੇ ਹੋਏ ਸੋਝੀ ਭਾਵ ਸੀ। ਹੋਏ ਦਾ ਮਤਲਬ ਹੈ ਗੁਰਦੁਆਰੇ ਜਾ ਕੇ ਗੁਰੂ ਦਾ ਹੋ ਜਾਣਾ, ਗੁਰਦੁਆਰੇ ਹੋਏ ਸੋਝੀ ਭਾਵ ਸੀ, ਏਤ ਦੁਆਰੇ ਧੋਏ ਕੇ ਹੱਛਾ ਹੋਈ ਸੀ, ਪਹਿਲਾਂ ਆਪਣੇ ਆਪ ਨੂੰ ਧੋਣਾ। ਧੋਣਾ ਤੀਰਥ ਹੈ, ਇਸ਼ਨਾਨ ਤੀਰਥ ਹੈ, ਲੇਕਿਨ ਆਪਣੇ ਆਪ ਨੂੰ ਧੋਣਾ ਕਿੱਥੋਂ, ਅੰਦਰੋਂ। ਕਾਇਆ ਮਾਂਜਸ ਕਿਉਂ, ਕਾਇਆ ਮਾਂਜਸ ਕੌਣ ਗੁਨਾਹ ਜੋ ਘਟ ਭੀਤਰ ਹੈ ਮਲਣਾ, ਅੰਦਰੋਂ ਧੋਣਾ, ਮਲਣਾ ਅੰਦਰ ਹੈ, ਅੰਦਰੋਂ ਸਾਫ਼ ਕਰਨਾ। ਔਰ ਅੰਦਰੋਂ ਜਿਸ ਵਕਤ ਅੰਤਰ ਆਤਮਾ ਦੇ ਰਾਹੀਂ ਪਰਮਾਤਮਾ ਨੂੰ ਧਿਆਇਆ ਜਾਂਦਾ, ਜਿਸ ਦਾ ਆਪਾਂ ਜ਼ਿਕਰ, ਜਿਸ ਨੂੰ ਆਪਾਂ, ਜਿਸ ਦਾ ਆਪਾਂ ਪਠਨ ਹਰ ਸ਼ਾਮ ਕਰਦੇ ਹਾਂ, ਜਦੋਂ ਆਪਾਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਉਸ ਵਕਤ ਆਪਾਂ ਕਹਿੰਦੇ ਹਾਂ, ਅੰਤਰ ਗੁਰੂ ਆਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਵਰਣੀ ਸੁਣਨਾ ਗੁਰਨਾਉ। ਅੰਤਰ ਗੁਰੂ ਆਰਾਧਨਾ, ਗੁਰੂ ਦੇ ਆਰਾਧਨ ਦੀ ਅਵਸਥਾ ਅੰਦਰ ਹੈ, ਅੰਤਰ ਗੁਰੂ ਆਰਾਧਨਾ। ਜਿਸ ਵਕਤ ਅੰਦਰੋਂ ਆਰਾਧਨਾ ਸ਼ੁਰੂ ਹੁੰਦੀ ਹੈ, ਉਸ ਵਕਤ ਜਿਹਬਾ ਜਪ ਗੁਰਨਾਉ, ਫਿਰ ਜਿਹਬਾ ਜਿਸਦਾ ਵੀ ਨਾਮ ਜਪਦੀ ਹੈ ਉਹ ਅਕਾਲ ਪੁਰਖ ਹੀ ਹੁੰਦਾ, ਅਕਾਲ ਪੁਰਖ ਦਾ ਨਾਮ ਉਹ ਜਪਦੀ। ਨੇਤਰੀ ਸਤਿਗੁਰ ਪੇਖਣਾ, ਨੇਤਰ ਕੀ ਦੇਖਦੇ ਨੇ, ਕੇਵਲ ਸਤਿਗੁਰ। ਸਵਰਣੀ ਸੁਣਨਾ ਗੁਰਨਾਉ, ਕੰਨ ਕੀ ਸੁਣਦੇ ਨੇ, ਗੁਰੂ ਦਾ ਨਾਮ। ਤੇ ਹੁੰਦਾ ਕੀ ਹੈ, ਜਿਸ ਵਕਤ ਮਨੁੱਖ ਦੇ ਅੰਦਰੋਂ ਅੰਤਰ ਆਤਮਾ ਦੇ ਰਾਹੀਂ ਗਿਆਨ ਪੈਦਾ ਹੁੰਦਾ ਹੈ, ਉਸ ਵਕਤ ਉਸਦਾ ਧਿਆਨ ਜਿਹੜਾ ਆਪਣੇ ਪ੍ਰਭੂ ਵੱਲ ਜੁੜਦਾ ਹੈ, ਅੱਖਾਂ ਵੀ ਉਹੀ ਸੁਣਦੀਆਂ ਨੇ, ਕੰਨ ਵੀ ਉਹੀ ਸੁਣਦੇ ਨੇ, ਅੱਖਾਂ ਵੀ ਉਹੀ ਦੇਖਦੀਆਂ ਨੇ, ਜ਼ੁਬਾਨ ਵੀ ਉਹੀ ਬੋਲਦੀ ਹੈ, ਜੋ ਅੰਤਰ ਧਿਆਨ ਦੀ ਅਵਸਥਾ ਹੁੰਦੀ ਹੈ। ਤੇ ਜਿਸ ਵਕਤ ਅੰਤਰ ਧਿਆਨ ਦੀ ਅਵਸਥਾ ਦੇ ਵਿੱਚ ਮਨੁੱਖ ਧਿਆਨ ਦੀ ਸਮਾਧੀ ਦੇ ਅਧੀਨ ਹੋ ਜਾਂਦਾ ਹੈ, ਉਸ ਵਕਤ ਉਸਦੀਆਂ ਬਾਹਰਲੀਆਂ ਕਿਰਿਆਵਾਂ, ਸਰੀਰਕ ਕਿਰਿਆਵਾਂ ਆਪਣੇ ਆਪ ਧਰਮ ਦੇ ਵਿੱਚ ਪਰਿਵਰਤਿਤ ਹੋ ਜਾਂਦੀਆਂ ਨੇ, ਔਰ ਉਸ ਸਹੀ ਮੈਨੇ ਵਿੱਚ ਧਰਮ ਦਾ ਗਿਆਨ ਹੋ ਜਾਂਦਾ ਹੈ। ਫਿਰ ਇਸ ਅਵਸਥਾ ਦੇ ਵਿੱਚ ਉਹ ਜਿਹੜਾ ਦਾਨ ਕਰਦਾ, ਸਰੀਰ ਦਾ ਦਾਨ ਕਰਦਾ, ਉਹ ਪ੍ਰਵਾਨ ਹੁੰਦਾ ਹੈ। ਔਰ ਸਰੀਰ ਦਾ ਦਾਨ ਉਹ ਕਿੱਥੋਂ ਤੱਕ ਕਰ ਦਿੰਦਾ, ਆਪਣਾ ਸਰੀਰ ਦਾ ਦਾਨ ਕਰਨ ਦੇ ਲਈ ਸਰੇਆਮ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਸੀਸ ਉਤਰਵਾ ਦਿੰਦਾ, ਸਰੀਰ ਦਾ ਦਾਨ ਕਰ ਦਿੱਤਾ। ਔਰ ਜਿਸ ਦੇ ਲਈ ਦਾਨ ਕੀਤਾ, ਅੱਜ ਵੀ ਉਹਨਾਂ ਦਾ ਦੇਸ਼ ਆਜ਼ਾਦ ਹੈ, ਅੱਜ ਵੀ ਉਹਨਾਂ ਦਾ ਦੇਸ਼ ਬਚ ਗਿਆ, ਅੱਜ ਵੀ ਉਹਨਾਂ ਦਾ ਧਰਮ ਬਚ ਗਿਆ, ਅੱਜ ਵੀ ਉਹਨਾਂ ਦੀ ਸੰਸਕ੍ਰਿਤੀ ਬਚ ਗਈ, ਕਿਉਂਕਿ ਦਾਨ ਦੇ ਨਾਲ ਮਿਲਿਆ ਕੀ ਮਿਲਿਆ, ਇੱਕ ਦੇਸ਼ ਨੂੰ ਉਹਨਾਂ ਦਾ ਵਜੂਦ ਮਿਲਿਆ, ਇੱਕ ਦੇਸ਼ ਨੂੰ ਜਿਹਨਾਂ ਦਾ ਧਰਮ ਦਬਾਇਆ ਜਾ ਰਿਹਾ ਸੀ, ਉਹਨਾਂ ਨੂੰ ਉਹਨਾਂ ਦਾ ਧਰਮ ਮਿਲ ਗਿਆ। ਉਹਨਾਂ ਦਾ ਧਰਮ ਕੀ ਹੈ, ਇਸ ਗੱਲ ਦੇ ਬਾਰੇ ਵਿਚਾਰ ਵੀ ਨਹੀਂ ਕੀਤਾ ਗਿਆ, ਪਰ ਵਿਚਾਰ ਕਿਸ ਗੱਲ ਦਾ ਕੀਤਾ ਗਿਆ, ਮੇਰਾ ਧਰਮ ਕੀ ਹੈ, ਮੇਰਾ ਧਰਮ ਇਹਨਾਂ ਦੇ ਧਰਮ ਨੂੰ ਬਚਾਉਣਾ ਹੈ, ਇਹਨਾਂ ਦਾ ਧਰਮ ਕੀ ਹੈ, ਕਰਮ ਕਾਂਡ, ਇਹ ਦੇਖਣਾ ਮੇਰਾ ਕਰਮ ਨਹੀਂ ਹੈ, ਮੇਰਾ ਕਰਮ ਕੇਵਲ ਇਹਨਾਂ ਨੂੰ ਜ਼ੁਲਮ ਤੋਂ ਬਚਾਉਣਾ ਹੈ। ਤੇ ਦਿੱਤਾ ਹੋਇਆ ਸਰੀਰ ਦਾ ਦਾਨ, ਏਡਾ ਵੱਡਾ ਦਾਨ, ਇਸ਼ਨਾਨ ਵੀ, ਧਿਆਨ ਵੀ, ਔਰ ਦਾਨ ਵੀ, ਚਰਖਣੀਆਂ ਤੇ ਚੜ ਜਾਣਾ ਇੱਕ ਸੇਵਾ ਹੈ, ਇੱਕ ਧਰਮ ਦੇ ਨਿਭਾਉਣ ਦੀ ਕਿਰਿਆ, ਖੋਪਰ ਉਤਵਾ ਲੈਣਾ, ਦੇਗ ਦੇ ਵਿੱਚ ਉਬਲਾਇਆ ਜਾਣਾ, ਆਰੇ ਦੇ ਨਾਲ ਚਰਵਾਇਆ ਜਾਣਾ, ਉਸ ਵਕਤ ਅਨਿਯਥਾ, ਜਿਸ ਵਕਤ ਇੱਕ ਗੁਰਮਤ ਦੇ ਵਿੱਚ ਗੱਲ ਹੋਰ ਵੀ ਹੈ, ਕਰਵਟ ਸੀਸ ਧਰਿਓ, ਇੱਕ ਆਰਾ ਅੱਜ ਵੀ ਹੈ ਜਿਸ ਆਰੇ ਦੇ ਥੱਲੇ ਕਹਿੰਦੇ ਨੇ ਜੀ ਕਿ ਜੇ ਤੁਸੀਂ ਪ੍ਰਾਣ ਦਿਓਗੇ ਉਸ ਆਰੇ ਦੇ ਨਾਲ ਕੱਟ ਕੇ ਤਾਂ ਸਵਰਗ ਮਿਲੇਗਾ, ਇਹ ਨਿਰੀ ਕਰਮ ਕਾਂਡ। ਪਰ ਕਿਸ ਆਰੇ ਦੇ ਨਾਲ ਕੱਟੋਗੇ, ਜ਼ੁਲਮ ਦੇ ਆਰੇ ਦੇ ਨਾਲ, ਔਰ ਉਸ ਆਰੇ ਦੇ ਨਾਲ ਕੱਟੋਗੇ ਤਾਂ ਬਚੇਗਾ ਕਿ ਕਿਸੇ ਦਾ ਧਰਮ, ਕਿਸੇ ਦੀ ਸਭਿਅਤਾ, ਔਰ ਆਪਣੇ ਗੁਰੂ ਦਾ ਹੁਕਮ, ਆਪਣੇ ਗੁਰੂ ਦਾ ਭਰੋਸਾ। ਗੁਰੂ ਉੱਪਰ ਭਰੋਸਾ ਹੈ ਚਾਰ ਤੇ ਚਰਖੜੀ ਉੱਪਰ, ਕਿਉਂਕਿ ਗੁਰੂ ਉੱਪਰ ਭਰੋਸਾ ਹੈ। ਚਰਖੜੀਆਂ ਤੇ ਚੜੋਗੇ ਤਾਂ ਸਰੀਰ ਜਾਏਗਾ,
ਰਾਸ ਤੀਜੀ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ, ਸ਼ਹੀਦ ਦੀ ਪਰਿਭਾਸ਼ਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖੀ ਹੈ ਰਾਸ ਤੀਜੀ ਦੇ ਵਿੱਚ, ਕਿ ਮੂਲਾ ਨਾਮ ਦਾ ਇੱਕ ਵਿਅਕਤੀ ਸੀ ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲੋਂ ਆਇਆ ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਸਤਿਗੁਰੂ ਆਪ ਮੇਰੇ ਅੰਤਰ ਅਵਸਥਾ ਨੂੰ ਦੇਖ ਸਕਦੇ ਹੋ ਕਿ ਮੈਂ ਨਾਨਕ ਜੀ ਦਾ ਸਿੱਖ ਹਾਂ, ਸਤਿਗੁਰ ਨਾਨਕ ਤੋਂ ਇਲਾਵਾ ਮੈਂ ਕਿਸੇ ਹੋਰ ਨੂੰ, ਕਿਸੇ ਹੋਰ ਦੇ ਸਿਧਾਂਤ ਨੂੰ ਮੰਨਿਆ ਨਹੀਂ ਔਰ ਸਤਿਗੁਰ ਨਾਨਕ ਦੇ ਦੱਸੇ ਮਾਰਗ ਤੇ ਚੱਲ ਰਹੇ ਹਾਂ ਅਕਾਲ ਪੁਰਖ ਦੇ ਰਸਤੇ ਉੱਪਰ, ਆਪ ਦੇਖ ਸਕਦੇ ਹੋ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ। ਸਤਿਗੁਰ ਕਹਿਣ ਲੱਗੇ ਤੂੰ ਸਵਾਲ ਕਰ, ਆਪਣੇ ਆਪ ਨੂੰ ਸਿੱਖ ਸਾਬਤ ਨਾ ਕਰ, ਕੋਈ ਗੱਲ ਨਹੀਂ, ਤੂੰ ਸਿੱਖ ਹੈ, ਮੁਬਾਰਕ ਹੈ, ਤੂੰ ਸਵਾਲ ਕਰ। ਕਹਿਣ ਲੱਗਾ ਪਾਤਸ਼ਾਹ, ਜਿਨ੍ਹਾਂ ਦੇ ਕੋਲ ਮੈਂ ਨੌਕਰੀ ਕਰਦਾ ਹਾਂ ਮੁਗਲਾਂ ਦੇ ਕੋਲ, ਉਹ ਮੇਰੇ ਪਾਸੋਂ ਕੁਛ ਐਸੇ ਕੰਮ ਕਰਵਾਉਂਦੇ ਨੇ ਜਿਹੜੇ ਕੰਮ ਕਰਨ ਦੇ ਲਈ ਮੇਰਾ ਧਰਮ, ਮੇਰੀ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦੀ। ਜਿਵੇਂ ਅੱਜ ਵੀ ਲੋਕ ਬਹਾਨਾ ਘੜ ਲੈਂਦੇ ਨੇ, ਜੇ ਫਲਾਣੀ ਜਗ੍ਹਾ ਉੱਪਰ ਕੰਮ ਮੈਨੂੰ ਤਾਂ ਮਿਲਿਆ ਜੇ ਮੈਂ ਕੇਸ ਕਤਲ ਕਰਵਾਏ, ਨਹੀਂ ਤਾਂ ਕੰਮ ਦੇਣ ਲਈ ਤਿਆਰ ਹੀ ਨਹੀਂ। ਸਰ ਇਹ ਬਹਾਨਾ ਹੈ ਔਰ ਪਿਓਰਲੀ ਬਹਾਨਾ ਹੈ, ਔਰ ਧਰਮ ਦੇ ਵਿੱਚ ਕੋਈ ਮਜਬੂਰੀ ਨਹੀਂ ਹੁੰਦੀ, ਲੇਕਿਨ ਧਰਮ ਮਜਬੂਰੀ ਦੀ ਆੜ ਦੇ ਵਿੱਚ, ਧਰਮ ਨੂੰ ਮਜਬੂਰੀ ਬਣਾ ਕੇ ਉਸ ਦੀ ਆੜ ਦੇ ਵਿੱਚ ਗੁਨਾਹ ਕਰਦੇ ਨੇ ਲੋਕ, ਕੇਸ ਕਤਲ ਕਰਵਾ ਕੇ ਉਸ ਨੂੰ ਧਰਮ ਦੀ ਆੜ ਦੇ ਵਿੱਚ ਮਜਬੂਰੀ ਬਣਾ ਦਿੰਦੇ ਨੇ, ਜਦਕਿ ਧਰਮ ਮਜਬੂਰੀ ਨਹੀਂ, ਧਰਮ ਮਜਬੂਰੀ ਨੂੰ ਦੂਰ ਕਰਨ ਦੀ ਕਿਰਿਆ ਹੈ। ਗੁਰੂ ਉੱਪਰ ਭਰੋਸਾ ਜਗਾਓ, ਕੋਈ ਨਹੀਂ ਅੱਜ ਨਹੀਂ ਮਿਲੀ ਕੱਲ ਮਿਲ ਜਾਏਗੀ ਨੌਕਰੀ, ਨਹੀਂ ਨੌਕਰੀ ਮਿਲੇਗੀ ਤਾਂ ਕੀ ਹੋ ਜਾਏਗਾ, ਗੁਰੂ ਭੁੱਖਾ ਨਹੀਂ ਮਰਨ ਦੇਗਾ ਤੈਨੂੰ। ਲੇਕਿਨ ਮਨੁੱਖ ਨੂੰ ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਸਤਿਗੁਰ ਨੇ ਕਿਹਾ ਕਿ ਫਿਰ ਨੌਕਰੀ ਛੱਡ ਦੇ, ਇਹ ਰਾਸ ਤੀਸਰੀ ਦੇ ਵਿੱਚ ਲਿਖੀ ਹੋਈ, ਆਪ ਵੀ ਫਰੋਲ ਕੇ ਦੇਖ ਸਕਦੇ ਹੋ। ਉਹ ਕਹਿਣ ਲੱਗਾ ਨੌਕਰੀ ਵੀ ਨਹੀਂ ਛੱਡਣ ਦਿੰਦੇ, ਜ਼ੁਲਮ ਕਰਦੇ ਨੇ ਔਰ ਤਸ਼ੱਦਦ ਵੀ ਕਰਦੇ ਨੇ, ਨੌਕਰੀ ਛੱਡਣ ਨਹੀਂ ਦਿੰਦੇ, ਕਰਨੀ ਵੀ ਪਏਗੀ ਨੌਕਰੀ, ਗੁਲਾਮਾਂ ਵਾਂਗੂ ਰੱਖਦੇ ਨੇ। ਪਾਤਸ਼ਾਹ ਕਹਿਣ ਲੱਗੇ ਫਿਰ ਜੰਗ ਕਰ, ਯੁੱਧ ਕਰ, ਫਿਰ ਭਿੜ ਪੈ। ਹੁਣ ਰਾਸ ਤੀਜੀ ਦੇ ਵਿੱਚ ਅੱਗੇ ਗੱਲ ਬੜੀ ਕਮਾਲ ਦੀ ਲਿਖੀ ਹੋਈ ਹੈ। ਉਸ ਮੂਲੇ ਨੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਸਵਾਲ ਪੁੱਛਿਆ ਕਿ ਸਤਿਗੁਰੂ ਅਗਰ ਮੈਂ ਉਹਨਾਂ ਦੇ ਨਾਲ ਭਿੜ ਪਾਵਾਂ ਤਾਂ ਉਹਨਾਂ ਦੀ ਗਿਣਤੀ ਅਸੰਖ ਹੈ, ਪਤਾ ਨਹੀਂ ਉਹ ਕਿੰਨੇ ਹੀ ਹਜ਼ਾਰ ਨੇ ਔਰ ਉਸ ਵਕਤ ਮੌਤ ਨਿਸ਼ਚਿਤ ਹੈ। ਤੇ ਪਾਤਸ਼ਾਹ ਕਹਿਣ ਲੱਗੇ ਮੈਂ ਕਦੋਂ ਕਿਹਾ ਤੈਨੂੰ ਕਿ ਤੂੰ ਆਪਣੀ ਜਾਨ ਬਚਾ। ਸਤਿਗੁਰ ਕਹਿਣ ਲੱਗੇ ਜੇ ਸਿਧਾਂਤ ਦੀ ਲੜਾਈ ਹੈ ਤੇ ਫਿਰ ਅੱਗੇ 10 ਖੜੇ ਨੇ ਜਾਂ 10,000 ਖੜੇ ਨੇ, ਇਹ ਦੇਖਣਾ ਤੇਰਾ ਕੰਮ ਨਹੀਂ, ਫਿਰ ਭਿੜ ਪੈਣਾ ਗੁਰੂ ਤੇ ਭਰੋਸਾ ਕਰਕੇ। ਤੇ ਉਹ ਕਹਿਣ ਲੱਗਾ ਕਿ ਮੌਤ ਫਿਰ ਨਿਸ਼ਚਿਤ ਹੈ। ਤੇ ਸਤਿਗੁਰ ਕਹਿਣ ਲੱਗੇ ਮੈਂ ਕਦੋਂ ਕਿਹਾ ਤੈਨੂੰ ਜਾਨ ਬਚਾ, ਮੌਤ ਨਿਸ਼ਚਿਤ ਹੈ ਤੇ ਮੌਤ ਦਾ ਵੈਸੇ ਵੀ ਨਿਸ਼ਚਿਤ ਹੈ, ਜੇ ਕੱਲ ਨਹੀਂ ਨਿਸ਼ਚਿਤ ਤਾਂ ਪਰਸੋਂ ਨਿਸ਼ਚਿਤ ਹੈ, ਜੇ ਪਰਸੋਂ ਨਹੀਂ ਨਿਸ਼ਚਿਤ ਅਗਲੇ ਸਾਲ ਨਿਸ਼ਚਿਤ ਹੈ, ਅਗਲੇ ਸਾਲ ਨਹੀਂ ਤਾਂ ਉਸ ਤੋਂ ਅਗਲੇ ਸਾਲ ਨਿਸ਼ਚਿਤ ਹੈ। ਤੇ ਫਿਰ ਪਾਤਸ਼ਾਹ ਨੇ ਜਿਹੜੀ ਰਾਸ ਤੀਸਰੀ ਦੇ ਵਿੱਚ ਗੱਲ ਲਿਖੀ, ਸਤਿਗੁਰ ਕਹਿੰਦੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਰਣ ਮੇ ਜਿਹੜਾ ਰਣ ਦੇ ਮੈਦਾਨ ਦੇ ਵਿੱਚ ਆਪਣਾ ਸਨਮਾਨ ਹੋ ਕੇ ਸਾਹਮਣੇ ਹੋ ਕੇ ਲੜਦਾ ਹੈ, ਧਰਮ ਸਨਮੁਖ ਹੋਵੇ ਰਣ ਮੇ ਮ੍ਰਿਤ ਜੋ ਪਾਵੇ, ਇਹ ਸਤਿਗੁਰ ਦੀ ਬਾਣੀ ਹੈ। ਸਨਮੁਖ ਹੋਵੇ ਮ੍ਰਿਤ ਜੋ ਪਾਵੇ, ਰਣ ਮੇ ਸਨਮੁਖ ਹੋਵੇ ਮ੍ਰਿਤ ਜੋ ਪਾਵੇ, ਸਵਰਗ ਨਿਸੰਸੇ ਧਰਮ ਸਿਧਾਵੇ। ਐਸਾ ਮਨੁੱਖ ਜਿਹੜਾ ਰਣ ਦੇ ਵਿੱਚ ਸਨਮੁਖ ਹੋ ਕੇ ਲੜਦਾ ਹੈ, ਮੌਤ ਮਿਲੇਗੀ ਜਾਂ ਨਹੀਂ ਮਿਲੇਗੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਯਾਨੀ ਕਿ ਸਿੱਖ ਦੀ ਜਿੱਤ ਦੋਨਾਂ ਪਾਸਿਆਂ ਤੋਂ ਨਿਸ਼ਚਿਤ ਕਰ ਦਿੱਤੀ ਹੈ। ਕਿਵੇਂ? ਇੱਕ ਪਾਸੇ ਸਤਿਗੁਰ ਕਹਿੰਦੇ ਨੇ ਕਿ ਜਬ ਆਪ ਕੀ ਔਦ ਨਿਧਾਨ ਬਣੇ ਅਤਿ ਹੀ ਰਣ ਮੇ ਤਬ ਜੂਝ ਮਰੋ, ਕਿਉਂਕਿ ਦੋ ਹੀ ਕਾਰਨ ਹੋ ਸਕਦੇ ਨਾ ਜੰਗ ਦੇ ਮੈਦਾਨ ਦੇ ਵਿੱਚ, ਜਾਂ ਤਾਂ ਜੂਝ ਕੇ ਮਰ ਜਾਓ ਜਾਂ ਫਿਰ ਦੁਸ਼ਮਣ ਨੂੰ ਭਾਂਜ ਪਾ ਦਿਓ। ਜੇ ਦੁਸ਼ਮਣ ਨੂੰ ਭਾਂਜ ਪਾ ਦਿੱਤੀ ਤਾਂ ਵੀ ਜਿੱਤ ਹੈ, ਜੇ ਦੁਸ਼ਮਣ ਨੂੰ ਭਾਂਜ ਨਹੀਂ ਪਾ ਸਕੇ ਜੂਝ ਕੇ ਮਰ ਗਏ ਤਾਂ ਵੀ ਜਿੱਤ ਹੈ, ਜੂਝ ਕੇ ਮਰ ਗਏ ਤਾਂ ਵੀ ਜਿੱਤ ਹੈ, ਜੇ ਦੁਸ਼ਮਣ ਨੂੰ ਭਾਂਜ ਪਾ ਦਿੱਤੀ। ਇਸ ਕਰਕੇ ਨਿਸ਼ਚੇ ਕਰ ਆਪਣੀ ਜਿੱਤ ਕਰੋ। ਸਿੱਖ ਨੇ ਦੋਨਾਂ ਪਾਸਿਆਂ ਤੋਂ ਸਿੱਖ ਦੀ ਜਿੱਤ ਨਿਸ਼ਚਿਤ ਕਰ ਦਿੱਤੀ, ਕਿਉਂਕਿ ਭਾਂਜ ਪਾ ਦੇਗਾ ਤਾਂ ਵੀ ਜਿੱਤ, ਨਹੀਂ ਭਾਂਜ ਪਾਏਗਾ ਤਾਂ ਜੂਝ ਕੇ ਮਰੇਗਾ ਤਾਂ ਵੀ ਜਿੱਤ ਹੈ। ਤਾਂ ਧਰਮ ਤਬਦੀਲੀ ਸਾਡੇ ਵੱਸ ਦੇ ਵਿੱਚ ਨਹੀਂ, ਅਸੀਂ ਕਰ ਨਹੀਂ ਸਕਦੇ। ਸੁਬੇਗ ਸਿੰਘ ਜੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ, ਸਾਨੂੰ ਚਰੱਖੜੀ ਪਿਆਰੀ ਹੈ। ਯਹੀਆ ਖਾਨ ਨੇ ਅਸਲ ਦੇ ਵਿੱਚ ਜਿਸ ਵਕਤ ਇਹ ਦੇਖ ਲਿਆ ਕਿ ਸਿੱਖਾਂ ਤੋਂ ਮੈਂ ਜਿੱਤ ਨਹੀਂ ਸਕਦਾ, ਉਸ ਵਕਤ ਯਹੀਆ ਖਾਨ ਨੇ ਫਿਰ ਸੁਬੇਗ ਸਿੰਘ ਜੀ ਨੂੰ ਹੀ ਬੁਲਾਇਆ ਔਰ ਸੁਬੇਗ ਸਿੰਘ ਜੀ ਨੂੰ ਫਿਰ ਯਹੀਆ ਖਾਨ ਨੇ ਕਿਹਾ ਕਿ ਸਿੱਖਾਂ ਦੇ ਨਾਲ ਮੇਰਾ ਸਮਝੌਤਾ ਹੋ ਸਕਦਾ। ਖਿਮਾ ਕਰਨੀ ਜ਼ਕਰੀਆ ਖਾਨ ਨੇ, ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਜੀ ਨੂੰ ਕਿਹਾ, ਕਿਉਂਕਿ ਉਹਦੇ ਕੋਲ ਠੇਕੇਦਾਰ ਸਨ, ਨੌਕਰੀ ਕਰਦੇ ਸਨ, ਕਿ ਸਿੱਖਾਂ ਨਾਲ ਮੇਰਾ ਸਮਝੌਤਾ ਹੋ ਸਕਦਾ। ਸੁਬੇਗ ਸਿੰਘ ਜੀ ਕਹਿਣ ਲੱਗੇ ਕਿ ਸਿੱਖ ਇੰਨੇ ਦਿਆਲੂ ਨੇ ਕਿ ਉਹਨਾਂ ਦੀ ਛਤਰ ਛਾਂ ਹੇਠ ਅਗਰ ਕੋਈ ਮੁਜ਼ਰਮ ਵੀ ਆ ਜਾਂਦਾ ਤਾਂ ਉਸ ਦੇ ਗੁਨਾਹ ਵੀ ਮਾਫ਼ ਕਰ ਦਿੰਦੇ ਨੇ। ਇੱਥੇ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ,
ਅੱਜ ਭਾਵੇਂ ਸਾਡੇ ਗੁਰੂ ਘਰਾਂ ਦੇ ਵਿੱਚ ਉਹ ਪਰੰਪਰਾ ਨਹੀਂ ਰਹੀ ਜਿਸ ਪਰੰਪਰਾ ਦੀ ਮੈਂ ਗੱਲ ਆਪ ਜੀ ਨੂੰ ਸੁਣਾਉਣ ਜਾ ਰਿਹਾ। ਪੰਥ ਪ੍ਰਕਾਸ਼ ਦੇ ਵਿੱਚ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਗੱਲ ਲਿਖੀ ਹੋਈ ਹੈ ਕਿ ਜਿਸ ਵਕਤ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ ਨਾ, ਗੁਰੂ ਕਾ ਲੰਗਰ ਭਾਵੇਂ ਜੰਗਲ ਦੇ ਵਿੱਚ ਸਿੱਖ ਤਿਆਰ ਕਰਨ, ਭਾਵੇਂ ਗੁਰਦੁਆਰ ਤਿਆਰ ਕਰਨ, ਜਿਸ ਵਕਤ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ ਤਾਂ ਇੱਕ ਆਵਾਜ਼ ਲਗਾਈ ਜਾਂਦੀ ਸੀ, ਦੇਤ ਆਵਾਜ਼ਾਂ ਭੁੱਖਾ ਕੋਈ ਆਵੋ ਤਿਆਰ ਦਿਗ ਗੁਰ ਹੋਈ। ਇਹ ਆਵਾਜ਼ ਲਗਾਈ ਜਾਂਦੀ ਸੀ ਉੱਪਰ ਚੜ੍ਹ ਕੇ ਕਿ ਦੇਤ ਆਵਾਜ਼ਾਂ ਭੁੱਖਾ ਕੋਈ ਆਵੋ ਤਿਆਰ ਦਿਗ ਗੁਰ ਹੋਈ, ਆਵਾਜ਼ ਲਗਾਈ ਜਾ ਰਹੀ ਹੈ ਕਿ ਦੇਗ ਗੁਰੂ ਦੀ ਤਿਆਰ ਹੋ ਗਈ ਹੈ, ਆ ਜਾਓ। ਹੁਣ ਜਿਸ ਵਕਤ ਨਾਦਰ ਨੇ ਜ਼ਕਰੀਆ ਨੂੰ ਗੱਲ ਕਹੀ, ਜ਼ਕਰੀਆ ਖਾਨ ਨੂੰ, ਕਿ ਸਿੱਖਾਂ ਦੀ ਇਹ ਪਰੰਪਰਾ ਕਿ ਦੇਤ ਆਵਾਜ਼ਾਂ ਭੁੱਖਾ ਕੋਈ ਆਵੋ ਤਿਆਰ ਦੇਗ ਗੁਰ ਹੋਈ, ਗੁਰੂ ਕੀ ਦੇਗ ਤਿਆਰ ਹੋ ਗਈ, ਆ ਜਾਓ। ਹੁਣ ਅਗਲਾ ਸਵਾਲ ਕਰਦਾ ਕਿ ਉਸ ਵਕਤ ਕਿਵ ਦੁਸ਼ਮਣ ਆਵੇ। ਜੰਗਲ ਦਾ ਮੁਕਾਮ ਹੈ ਔਰ ਦੁਸ਼ਮਣ ਸਿੱਖਾਂ ਦੇ ਪਿੱਛੇ ਫਿਰ ਰਿਹਾ, ਔਰ ਦੁਸ਼ਮਣ ਨੂੰ ਵੀ ਹੋ ਸਕਦਾ ਭੁੱਖ ਲੱਗੀ ਹੋਵੇ, ਔਰ ਆਵਾਜ਼ ਲਗਾਈ ਜਾ ਰਹੀ ਹੈ ਕਿ ਅਗਰ ਕੋਈ ਭੁੱਖਾ ਹੈ ਤਾਂ ਆ ਜਾਓ, ਕਿਉਂਕਿ ਗੁਰੂ ਦੀ ਦੇਗ ਤਿਆਰ ਹੋ ਗਈ ਹੈ। ਹੁਣ ਸਵਾਲ ਅਗਲਾ ਕਿ ਉਸ ਵਕਤ ਕਿਵ ਦੁਸ਼ਮਣ ਆਵੇ। ਜੇ ਕੋਈ ਦੁਸ਼ਮਣ ਆ ਜਾਵੇ ਤਾਂ ਜ਼ਾਹਿਰ ਤੌਰ ਪਰ ਹੈ ਤਾਂ ਦੁਸ਼ਮਣ ਹੀ ਨਾ। ਹੁਣ ਦੁਸ਼ਮਣ ਨੂੰ ਕੀ ਕੀਤਾ ਜਾਏਗਾ? ਉਸਨੂੰ ਪਕੜ ਲਿਆ ਜਾਏਗਾ, ਗ੍ਰਿਫਤਾਰ ਕਰ ਲਿਆ ਜਾਏਗਾ, ਮਾਰ ਦਿੱਤਾ ਜਾਏਗਾ, ਜੰਗ ਕੀਤੀ ਜਾਏਗੀ, ਜਾਂ ਉਸਨੂੰ ਲੰਗਰ ਛਕਾਇਆ ਜਾਏਗਾ, ਕੀ ਕੀਤਾ ਜਾਏਗਾ? ਇਹ ਮੈਂ ਇੱਕ ਬ੍ਰੇਕ ਤੋਂ ਬਾਅਦ ਆਪ ਜੀ ਨੂੰ ਦੱਸਦਾ, ਥੋੜੀ ਜੀ 2-4 ਮਿੰਟ ਦੀ ਇੱਕ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਮੈਂ ਆਪ ਜੀ ਨੂੰ ਦੱਸਦਾ ਕਿ ਇਸ ਦਾ ਜਵਾਬ ਕੀ ਦਿੱਤਾ ਕਿ ਉਸ ਵਕਤ ਕਿਵ ਦੁਸ਼ਮਣ ਆਵੇ, ਇਸ ਤੋਂ ਅਗਲੀ ਲਾਈਨ ਕਿਹੜੀ ਹੈ, ਫਿਰ ਆਪਾਂ ਇਹੀ ਗੱਲ ਇੱਥੋਂ ਹੀ ਜਾਰੀ ਰੱਖਾਂਗੇ। ਸਵਾਲ ਇਹ ਪੁੱਛਿਆ ਗਿਆ ਸੀ ਕਿ ਉਸ ਵਕਤ ਕਿਵ ਦੁਸ਼ਮਣ ਆਵੇ, ਅਗਰ ਉਸ ਵਕਤ ਕੋਈ ਦੁਸ਼ਮਣ ਆ ਜਾਵੇ ਤਾਂ ਕੀ ਉਸਨੂੰ ਲੰਗਰ ਛਕਾਉਂਦੇ ਨੇ, ਜਾਂ ਉਸਨੂੰ ਗ੍ਰਿਫਤਾਰ ਕਰ ਲੈਂਦੇ ਨੇ, ਜਾਂ ਕੀ ਕਰਦੇ ਨੇ? ਤਾਂ ਜਵਾਬ ਸੀ ਕਿ ਪਰਮ ਮਿੱਤਰ ਸਮਤੈ ਛਕਾਵੇ। ਪਰਮ ਮਿੱਤਰ ਦੇ ਬਰਾਬਰ ਉਸ ਵਕਤ ਦੁਸ਼ਮਣ ਨੂੰ ਸਮਝਦੇ ਨੇ, ਕਿਉਂਕਿ ਇਹ ਗੁਰੂ ਕੀ ਦੇਗ ਹੈ, ਗੁਰੂ ਕਾ ਲੰਗਰ ਹੈ, ਔਰ ਗੁਰੂ ਕਾ ਲੰਗਰ ਕੋਈ ਵੀ ਛਕ ਸਕਦਾ ਹੈ। ਤੇ ਇਹ ਇੱਕ ਸਾਡੀ ਉਸ ਵਕਤ ਦੀ ਪਰੰਪਰਾ ਸੀ। ਤੋ ਭਾਈ ਸਾਹਿਬ, ਭਾਈ ਸੁਬੇਗ ਸਿੰਘ ਜੀ ਦੇ ਨਾਲ ਜਿਹੜੇ ਜ਼ਕਰੀਆ ਖਾਨ ਦੇ ਡੌਲਕਸ ਹੋਏ ਨੇ, ਉਹਦੇ ਬਾਬਤ ਥੋੜਾ ਜਿਹਾ ਦੱਸ ਕੇ ਫਿਰ ਮੈਂ ਆਪਾਂ ਆਪਣੀ ਗੱਲ ਸਮਾਪਤ ਕਰਾਂਗੇ। ਕਿਉਂਕਿ ਭਾਈ ਸਾਹਿਬ, ਭਾਈ ਸੁਬੇਗ ਸਿੰਘ ਜੀ ਇੱਕ ਸੂਝਵਾਨ, ਨੀਤੀਵਾਨ ਔਰ ਬਹੁਤ ਹੀ ਵਿਦਵਾਨ ਗੁਰਸਿੱਖ ਨੇ, ਇਸ ਕਰਕੇ ਜਿਹੜੀ ਸਿੱਖਾਂ ਨੂੰ ਜਿਹੜੀਆਂ ਦਿੱਕਤਾਂ ਸਿੱਖਾਂ ਪਾਸੋਂ ਉਹਨਾਂ ਨੂੰ ਆ ਰਹੀਆਂ ਸਨ ਜ਼ਕਰੀਆ ਖਾਨ ਨੂੰ, ਉਸ ਦੇ ਲਈ ਉਸਨੇ ਭਾਈ ਸੁਬੇਗ ਸਿੰਘ ਸਾਹਿਬ ਜੀ ਨੂੰ ਇਹ ਪੁੱਛਿਆ ਕਿ ਕੀ ਸਿੱਖਾਂ ਦੇ ਨਾਲ ਮੇਰੀ ਗੱਲਬਾਤ ਹੋ ਸਕਦੀ ਹੈ, ਕਿ ਸਿੱਖਾਂ ਦੇ ਨਾਲ ਮੈਂ ਗੱਲਬਾਤ ਕਰ ਸਕਦਾ, ਕਿ ਸਿੱਖ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਸਿੱਖਾਂ ਵੱਲੋਂ ਇਸ ਵਕਤ ਰਸਤੇ ਦੇ ਵਿੱਚ ਸਾਡੀਆਂ ਫੌਜਾਂ ਉੱਪਰ ਹਮਲੇ ਹੁੰਦੇ ਨੇ ਰੋਕੇ ਜਾ ਸਕਦੇ ਨੇ? ਤਾਂ ਭਾਈ ਸਾਹਿਬ, ਭਾਈ ਸੁਬੇਗ ਸਿੰਘ ਜੀ ਨੇ ਕਿਹਾ ਕਿ ਸਿੱਖ ਉਹ ਨੇ ਜਿਹਨਾਂ ਦੀ ਛਤਰ ਛਾਇਆ ਹੇਠ ਕੋਈ ਵੀ ਆਪਣੀ ਜਾਇਜ਼ ਮੰਗ ਲੈ ਕੇ ਆਏਗਾ ਤਾਂ ਉਸ ਦੇ ਬਾਰੇ ਵਿਚਾਰ ਜ਼ਰੂਰ ਕੀਤਾ ਜਾਏਗਾ। ਤਾਂ ਕਿਹੜੀਆਂ ਕਿਹੜੀਆਂ ਮੰਗਾਂ ਉਸ ਵਕਤ ਮੰਨੀਆਂ ਗਈਆਂ ਨੇ? ਜ਼ਕਰੀਆ ਖਾਨ ਨੇ ਪਹਿਲਾਂ ਤਾਂ ਕਿਹਾ ਕਿ ਸਿੱਖਾਂ ਦੇ ਕਿਸੇ ਇੱਕ ਨੁਮਾਇੰਦੇ ਨੂੰ ਆਪਾਂ ਨਵਾਬੀ ਦੇਵਾਂਗੇ, ਜਿਹੜੀ ਦਿੱਤੀ ਵੀ। ਭਾਈ ਸਾਹਿਬ ਕਹਿਣ ਲੱਗੇ ਬਸ ਇੰਨਾ ਹੀ। ਕਹਿਣ ਲੱਗਾ ਤੁਸੀਂ ਹੋਰ ਦੱਸੋ, ਤੁਸੀਂ ਕੀ ਚਾਹੁੰਦੇ ਹੋ? ਜੋ ਤੁਹਾਨੂੰ ਚਾਹੀਦਾ ਦਿਆਂਗੇ। ਇਸ ਮੱਦੇਨਜ਼ਰ ਭਾਈ ਸੁਬੇਗ ਸਿੰਘ ਜੀ ਨੇ ਕਈ ਮੰਗਾਂ ਰੱਖੀਆਂ ਕਿ ਸਿੱਖਾਂ ਨੂੰ ਸਿੱਖਾਂ ਦੇ ਗੁਰਧਾਮਾਂ ਦੇ ਵਿੱਚ ਸੇਵਾ ਸੰਭਾਲ ਔਰ ਬੇਰੋਕ ਟੋਕ ਆਣ ਦੇਣ ਦਿੱਤਾ ਜਾਵੇ। ਮੰਨ ਲਈ ਉਸਨੇ ਸ਼ਰਤ। ਫਿਰ ਭਾਈ ਸਾਹਿਬ ਸੁਬੇਗ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਨੂੰ ਉਹਨਾਂ ਦੇ ਗੁਰਧਾਮਾਂ ਦੇ ਵਿੱਚ ਖਰਚਾ ਚਲਾਉਣ ਦੇ ਲਈ ਜ਼ਗੀਰਾਂ ਦਿੱਤੀਆਂ ਜਾਣ, ਯਾਨੀ ਕਿ ਸਾਰੀਆਂ ਸ਼ਰਤਾਂ ਉਸ ਵਕਤ ਮੰਨੀਆਂ ਗਈਆਂ। ਹੁਣ ਭਾਈ ਸੁਬੇਗ ਸਿੰਘ ਜੀ ਇਹ ਸ਼ਰਤਾਂ ਲੈ ਕੇ ਸਿੰਘਾਂ ਦੇ ਕੋਲ ਪਹੁੰਚੇ ਨੇ, ਔਰ ਸਿੰਘਾਂ ਵੱਲੋਂ ਸ਼ੱਕ ਕੀਤਾ ਗਿਆ ਕਿ ਤੁਸੀਂ ਕਿਉਂਕਿ ਸਰਕਾਰੀ ਦਰਬਾਰ ਦੇ ਵਿੱਚ ਕੰਮ ਕਰਦੇ ਹੋ, ਜਿਵੇਂ ਅੱਜ ਵੀ ਛੋਟੀ ਛੋਟੀ ਗੱਲ ਪਿੱਛੇ ਅਸੀਂ ਸ਼ੱਕ ਕਰ ਲੈਂਦੇ ਹਾਂ। ਇਹਦੇ ਬਾਬਤ ਵੀ ਇੱਕ ਗੱਲ ਯਾਦ ਆਈ ਹੈ, ਲੇਕਿਨ ਆਪਾਂ ਹੁਣ ਸਮਾਂ ਨਹੀਂ ਹੈ, ਆਪਾਂ ਅੱਗੇ ਕਰਾਂਗੇ ਕਿਸੇ ਵਕਤ। ਉਹਨਾਂ ਨੂੰ ਇਹ ਕਿਹਾ ਗਿਆ ਕਿ ਪਹਿਲਾਂ ਤੁਸੀਂ ਖਿਮਾ ਜਾਚਨਾ ਕਰਕੇ ਖਾਲਸੇ ਦੇ ਸਾਹਮਣੇ ਆਓ। ਤਾਂ ਭਾਈ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਮੈਂ ਤਾਂ ਖਾਲਸੇ ਕੋਲੋਂ, ਕਿਉਂਕਿ ਖਾਲਸਾ ਮੇਰੀ ਸਾਹਮਣੇ ਮੇਰੇ ਗੁਰੂ ਦੇ ਰੂਪ ਦੇ ਵਿੱਚ ਹੈ, ਤੇ ਖਾਲਸੇ ਕੋਲੋਂ ਤਾਂ ਮੈਨੂੰ ਖਿਮਾ ਜਾਚਨਾ ਕੋਈ ਤਕਲੀਫ ਨਹੀਂ। ਜਿਸ ਵਕਤ ਵੀ ਮੈਂ ਖਾਲਸੇ ਕੋਲੋਂ ਖਿਮਾ ਕਹੋਗੇ, ਮੈਂ ਮੰਗਣ ਲਈ ਤਿਆਰ ਹਾਂ। ਤਾਂ ਖਿਮਾ ਜਾਚਨਾ ਤੋਂ ਬਾਅਦ ਜਿਹੜੀਆਂ ਮੰਗਾਂ ਰੱਖੀਆਂ ਗਈਆਂ, ਆਖਰ ਉਹ ਮੰਗਾਂ ਮੰਨ ਲਈਆਂ ਗਈਆਂ ਨੇ। ਲੇਕਿਨ ਬਾਅਦ ਦੇ ਵਿੱਚ ਵਕਤ ਦੇ ਹਾਲਾਤ ਬਦਲੇ, ਔਰ ਬਦਲਦੇ ਹੋਏ ਹਾਲਾਤਾਂ ਦੇ ਵਿੱਚ ਜਦੋਂ ਜ਼ਕਰੀਆ ਖਾਨ ਦੀ ਮੌਤ ਹੋਈ, ਔਰ ਉਸ ਤੋਂ ਬਾਅਦ ਫਿਰ
ਜਿਹੜੀ ਮੌਲਵੀ ਦੀ ਸ਼ਿਕਾਇਤ ਸੀ ਸ਼ਹਿਬਾਗ ਸਿੰਘ ਬਾਰੇ, ਔਰ ਉਸ ਸ਼ਿਕਾਇਤ ਦਾ ਜਿਹੜਾ ਆਧਾਰ ਸੀ ਉਹ ਇਹ ਸੀ ਕਿ ਇਸ ਨੇ ਇਸ ਨੂੰ ਯਾਨੀ ਕਿ ਮੌਲਵੀ ਨੇ ਆਪਣੀ ਬੇਟੀ ਦਾ ਵਿਆਹ ਕਰਾਉਣਾ ਚਾਹਿਆ ਸੀ ਸ਼ਹਿਬਾਜ਼ ਸਿੰਘ ਦੇ ਨਾਲ, ਇਸ ਸ਼ਰਤ ਉੱਪਰ ਕਿ ਜੋ ਇਸਲਾਮ ਕਬੂਲ ਕਰ ਲਵੇ, ਜੋ ਸ਼ਹਿਬਾਜ਼ ਸਿੰਘ ਨੇ ਇਨਕਾਰ ਕਰ ਦਿੱਤਾ ਸੀ। ਹੁਣ ਸ਼ਿਕਾਇਤ ਕੀ ਕੀਤੀ ਗਈ ਹੈ ਕਿ ਬੇਗਮਾ ਫਾਤਮਾ ਦੀ ਇਹਨਾਂ ਵੱਲੋਂ ਤੋਹੀਨ ਕੀਤੀ ਗਈ ਹੈ। ਤਾਂ ਜਿਸ ਵਕਤ ਸ਼ਹਿਬਾਜ਼ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਮੁਕੱਦਮਾ ਚੱਲਿਆ, ਉਸ ਵਕਤ ਸੁਬੇਗ ਸਿੰਘ ਜੀ ਨੇ ਇਸ ਗੱਲ ਦਾ ਇਤਰਾਜ਼ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਵੀ ਸਰਕਾਰੀ ਦਰਬਾਰ ਦੇ ਵਿੱਚ ਹਾਂ ਔਰ ਇੰਨੀ ਦੇਰ ਤੋਂ ਮੈਂ ਇੱਥੇ ਕੰਮ ਕਰ ਰਿਹਾ ਹਾਂ। ਇੰਨੀ ਕੁ ਜੀ ਗੱਲ ਪਿੱਛੇ ਉਹਨਾਂ ਨੂੰ ਵੀ ਨਾਲ ਚ ਰੱਖਣੀਆਂ ਉੱਪਰ ਚੜਾਏ ਜਾਣ ਦਾ ਹੁਕਮ ਹੋਇਆ। ਸੋ ਦੋਨਾਂ ਨੂੰ ਚਰਖੜੀਆਂ ਉੱਪਰ ਚੜਾਇਆ ਗਿਆ। ਇਤਿਹਾਸ ਅੱਗੇ ਬਹੁਤ ਲਮੇਰਾ ਹੈ, ਬਸ ਇੱਕ ਆਖਰੀ ਗੱਲ ਕਰਕੇ ਆਪਣੀ ਗੱਲ ਮੈਂ ਖਤਮ ਕਰਾਂਗਾ, ਉਹ ਇਹ ਕਿ ਜਿਵੇਂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਮੌਤ ਜਾਂ ਇਸਲਾਮ ਦੋਨਾਂ ਦੇ ਵਿੱਚੋਂ ਇੱਕ ਚੁਣ ਲਓ, ਗੁਰ ਕੇ ਸਿੱਖ ਮੌਤ ਚੁਣਦੇ ਆਏ ਨੇ। ਹੁਣ ਇੱਥੇ ਇੱਕ ਲਾਲਚ ਹੋਰ ਵੀ ਦਿੱਤਾ ਗਿਆ, ਸੁਭੇਗ ਸਿੰਘ ਨੂੰ ਕਿਹਾ ਗਿਆ ਕਿ ਸ਼ਾਹਬਾਜ਼ ਤੁਹਾਡਾ ਬੇਟਾ ਹੈ, ਚਲੋ ਤੁਸੀਂ ਚਰਖੜੀ ਤੇ ਚੜ ਜਾਓ, ਕੋਈ ਗੱਲ ਨਹੀਂ, ਤੁਸੀਂ ਤਾਂ ਆਪਣੀ ਉਮਰ ਖੰਡਾ ਚੁੱਕੇ ਹੋ, ਲੇਕਿਨ ਸ਼ਾਹਬਾਜ਼ ਅਜੇ ਬਿਲਕੁਲ ਨੌਜਵਾਨ ਹੈ, ਅਜੇ ਫੁੱਟ ਦੀ ਦਾੜੀ ਹੈ ਉਸਦੀ, ਅਜੇ ਉਸਨੇ ਆਪਣੇ ਜੀਵਨ ਦੇ ਵਿੱਚ ਕਈ ਮੁਕਾਮ ਦੇਖਣੇ ਨੇ, ਅਜੇ ਜੀਵਨ ਦੇ ਕਈ ਰਸ ਆਨੰਦ ਮਾਣਨੇ ਨੇ, ਔਰ ਫਿਰ ਇਸ ਦਾ ਡੋਲਾ ਵੀ ਅਸੀਂ ਦੇਣ ਲਈ ਤਿਆਰ ਹਾਂ, ਘੱਟੋ ਘੱਟ ਇਸ ਨੂੰ ਤਾਂ ਬਚਾ ਲਓ। ਸੁਭੇਗ ਸਿੰਘ ਨੇ ਕਿਹਾ ਕਿ ਗੱਲ ਤਾਂ ਜੱਚੀ ਹੈ, ਗੱਲ ਤਾਂ ਠੀਕ ਹੈ, ਪਰ ਇਸ ਨੂੰ ਮੈਂ ਬਚਾਵਾਂ ਤੇ ਬਚਾਵਾਂ ਕਿਉਂ? ਕਾਜ਼ੀ ਨੇ ਜਵਾਬ ਦਿੱਤਾ ਕਿ ਜੇ ਇਸ ਨੂੰ ਤੁਸੀਂ ਬਚਾਓਗੇ ਤਾਂ ਤੁਹਾਡੀ ਕੁੱਲ ਬਚੇਗੀ। ਰਤਨ ਸਿੰਘ ਜੀ ਭੰਗੂ ਕਹਿੰਦੇ ਨੇ ਫਿਰ ਉਸ ਵਕਤ ਜਵਾਬ ਕੀ ਦਿੱਤਾ ਭਾਈ ਸੁਭੇਗ ਸਿੰਘ ਜੀ ਨੇ, ਉਸ ਜਵਾਬ ਤੋਂ ਬਾਅਦ ਮੈਂ ਆਪਣੀ ਗੱਲ ਸਮਾਪਤ ਕਰ ਦਿਆਂਗਾ। ਭਾਈ ਸੁਭੇਗ ਸਿੰਘ ਜੀ ਨੇ ਸਿਰਫ ਇੰਨਾ ਹੀ ਕਿਹਾ ਕਿ ਹਮ ਹਿਤ ਲਾਗ ਗੁਰਕੁਲ ਗਵਾਈ, ਹਮ ਕੁੱਲ ਰਾਖੇ ਕੌਣ ਵਡਾਈ। ਸਾਡੇ ਹਿੱਤ ਲੱਗ ਕੇ ਸਾਡੇ ਗੁਰੂ ਨੇ ਆਪਣੀ ਕੁੱਲ ਗਵਾ ਦਿੱਤੀ, ਆਪਣਾ ਸਰਬੰਸ ਵਾਰ ਦਿੱਤਾ। ਹਮ ਹਿੱਤ ਲਾਗ ਗੁਰਕੁੱਲ ਗਵਾਈ, ਹਮ ਕੁੱਲ ਰਾਖੇ ਕੌਣ ਵਡਾਈ, ਅਸੀਂ ਆਪਣੀ ਕੁੱਲ ਰੱਖੀਏ। ਇਹ ਕੋਈ ਵਡਿਆਈ ਥੋੜੀ ਹੈ, ਇਹ ਕੋਈ ਸਿੱਖੀ ਥੋੜੀ ਹੈ। ਕੁੱਲਾ ਨਾਸ ਸ਼ਹੀਦ ਦੀਆਂ ਕਦੀ ਨਹੀਂ ਹੁੰਦੀਆਂ, ਕਿਉਂਕਿ ਸ਼ਹੀਦ ਨੂੰ ਹਰ ਵਕਤ ਯਾਦ ਕੀਤਾ ਜਾਂਦਾ, ਔਰ ਇਹ ਤਾਂ ਸਾਡੀ ਪਰੰਪਰਾ ਕਿ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਇਹਨਾਂ ਨੂੰ ਵੀ ਨਾਲ ਯਾਦ ਕਰ ਲੈਂਦੇ ਹਾਂ, ਅਨਯਥਾ ਇਹਨਾਂ ਦੀਆਂ ਮਜ਼ਾਰਾਂ ਉੱਪਰ ਤਾਂ ਅੱਜ ਕੋਈ ਦੀਵੇ ਬਾਲਣ ਵਾਲਾ ਨਹੀਂ। ਨਾ ਗੌਰੇ ਸਿਕੰਦਰ ਹੈ ਨਾ ਕਬਰੇ ਦਾਰਾ, ਮਿਟੇ ਨਾਮੀਓ ਕੇ ਨਿਸ਼ਾਨ ਕੈਸੇ ਕੈਸੇ, ਇਹਨਾਂ ਨਾਮੀਆਂ ਦੇ ਨਿਸ਼ਾਨ ਮਿਟ ਗਏ, ਲੇਕਿਨ ਗੁਰ ਕੀ ਸਿੱਖੀ ਔਰ ਗੁਰ ਕੇ ਸਿੱਖ ਔਰ ਗੁਰ ਕੇ ਉਹ ਸ਼ਹੀਦ ਸਿੱਖ ਅੱਜ ਵੀ ਸਿੱਖ ਕੌਮ ਦੇ ਵਿੱਚ ਸਿੱਖ ਪਰੰਪਰਾ ਦੇ ਮੁਤਾਬਕ ਯਾਦ ਕੀਤੇ ਜਾਂਦੇ ਨੇ। ਸੋ ਭਾਈ ਸਾਹਿਬ ਸੁਬੇਗ ਸਿੰਘ ਜੀ ਨੂੰ ਔਰ ਸ਼ਹਿਬਾਜ਼ ਸਿੰਘ ਜੀ ਨੂੰ ਉਹਨਾਂ ਦੀ ਸ਼ਹਾਦਤ ਉੱਪਰ ਆਪਾਂ ਪ੍ਰਣਾਮ।